आलू लै गोभी लै हरा धनिया लै टमाटर लै पाई टुटिया पुराना लोहा खाली अजिए पौए बोरियां बोतलां बेच लो पाई कट्टी चोटी मज बेच लो MP3 BCDियां फौजी दी फैमिली फैमिली 423 फैमिली छड़ियां दी सुपर हिट फिल्मा नजारे नंबर वन नानक नाम चढ़दी करा लो मुंडियो ओहो बे किथे बुढ़े ला मरना किथे है ओकरू है किथे गोभी आलू किथे मज कट्टी है ਬੇਜੀਤ ਨਾਲੇ ਕਹਿੰਦੇ ਸੀ ਤੂੰ ਬਾਹਰ ਨੂੰ ਗੁੱਜੜ ਗਿਆ ਸੀ ਦੁਬਈ ਨੂੰ ਉਹ ਤੂੰ ਤਾਂ ਦੇਬੋ ਚਿਚਕਰਾਂ ਕਰਦੀਆਂ ਕਿਹੜੀ ਦੁਬਈ ਉਹ ਮੇਰੇ ਨਾਲ ਤਾਂ ਧੋਖਾ ਹੋ ਗਿਆ ਧੋਖਾ ਕਾਹਦਾ ਧੋਖਾ ਉਹ ਦਿੱਲੀ ਤੋਂ ਚੜਾ ਕੇ ਜਦੋਂ ਸਾਨੂੰ ਤਾਰਿਆ ਅੱਛਾ ਮੈਂ ਆਖਿਆ ਲੈ ਬਈ ਜੀਤ ਸਿਆ ਤੇਰਾ ਤਾਂ ਪੱਕਾ ਪੈਂਚਰ ਲੱਗ ਗਿਆ ਉਹ ਮੈਂ ਇੱਕ ਦੁਕਾਨ ਵਾਲੇ ਨੂੰ ਪੁੱਛਿਆ ਬਾਈ ਸਾਹਿਬ ਜੇ ਕੋਕਾ ਕੋਲਾ ਕਿਤਨੇ ਕਾ ਹੈ ਮੈਨੂੰ ਕਹਿੰਦਾ 10 ਰੁਪਏ ਦਾ ਮੈਂ ਕਿਹਾ ਚਾਏ ਕਾ ਕੱਪ ਕਿਤਨੇ ਕਾ ਹੈ ਮੈਨੂੰ ਕਹਿੰਦਾ 3 ਰੁਪਏ ਦਾ ਮੈਂ ਆਖਿਆ ਜੇ ਕੌਣ ਸੀ ਕੰਟਰੀ ਹੈ ਉਹ ਮੈਨੂੰ ਕਹਿੰਦਾ ਅੰਮ੍ਰਿਤਸਰ ਉਹ ਮੈਂ ਕਿਹਾ ਹਮਾਰੇ ਵੀ ਵਹਾਂ ਅੰਮ੍ਰਿਤਸਰ ਹੈ ਬਹੁਤ ਅੱਛਾ ਗੁਰਦੁਆਰਾ ਹੈ ਵਹਾਂ ਪੇ ਉਹ ਮੈਨੂੰ ਕਹਿੰਦਾ ਆਟੀ ਗੁਰਦੁਆਰਾ ਇੱਥੋਂ 5 ਰੁਪਏ ਲੈਂਦਾ ਆਟੋ ਵਾਲਾ ਉਹ ਮੈਂ ਆਖਿਆ ਜੀਤ ਚੋਰਾ ਟੂਟਾ ਪੱਟਿਆ ਗਿਆ ਉਹ ਮੈਂ ਤਾਂ 6 ਮਹੀਨੇ ਬਸ਼ਰਮੀ ਦਾ ਮਾਰਾ ਗੁਰਦੁਆਰੀ ਬੈਠਾ ਰਿਹਾ ਜੇ ਕਿਤੇ ਮੈਨੂੰ ਜੰਟ ਮਿਲ ਜੇ ਨਾ ਪਹਿਲਾਂ ਤਾਂ ਮੈਂ ਲਾਵਾਂ ਉਹਨੂੰ ਗੋਡਿਆਂ ਹੇਠਾਂ ਤੇ ਲੈ ਲਾ ਜੀ ਭਾਈ ਨਾਲ ਫੇਰੇ ਮੈਂ ਮੱਛੀਆਂ ਤੇਰਾ ਤਾਂ ਖਾਸਾ ਪੈਸਾ ਖਰਾਬ ਹੋ ਗਿਆ ਹੋਊ ਬੇਜੀਤ ਹੋਰ ਮੇਰੀ ਤਾਂ ਪੈਂਚਰ ਵਾਲੀ ਦੁਕਾਨ ਸੀ ਜਿਹੜੀ ਉਹ ਵੀ ਵਿਕ ਗਈ ਉਹ ਮੇਰਾ ਸਾਰਾ ਜੰਟ ਮੇਰੇ ਨਾਲ ਠੱਗੀ ਮਾਰ ਗਿਆ ਜੀ ਨਿਕਲ ਜੇ ਕੁੜੀ ਇਹਦੀ ਬੇਜੀਤ ਐਵੇਂ ਲੋਕ ਬਾਹਰ ਨੂੰ ਪੂੰਹ ਚੱਕੀ ਫਿਰਦੇ ਨੇ ਇੱਥੇ ਵਰਗੀ ਮੌਜ ਹੈ ਭਲਾ ਕਿਤੇ ਆ ਸੁਖਦੇਵ ਫੌਜੀ ਨੇ ਬਾਹਰ ਦੇ ਚੱਕਰ 'ਚ ਸਾਰਾ ਡੰਗਰ ਬੱਚਾ ਵੇਚਤਾ ਸੀ ਹੁਣ ਆ ਫਿਰਦਾ ਇੱਥੇ ਧੱਕੇ ਖਾਂਦਾ ਮੈਂ ਮੱਚ ਗਿਆ ਮੈਂ ਤਾਂ ਕੱਲੇ ਬੁੜੇ ਮੁੰਡੇ ਦੇ ਭੋਗ 'ਤੇ ਜਾਣਾ ਸੀ ਇੱਥੇ ਫਿਰਦੀਆਂ ਧੱਕੇ ਖਾਂਦਾ ਗਲੀਆਂ ਸੁਣੀਆਂ ਕਰ ਗਿਆ ਮੇਰਿਆ ਸਗਿਆ ਬਣੋਈਆ ਉਹ ਚੰਗਾ ਹੋ ਗਿਆ ਜਾਂਦਾ ਸਾਡੇ ਦੇ ਪੈਸੇ ਖਰਚ ਕਰ ਗਿਆ ਨਹੀਂ ਤਾਂ ਉਹ ਵੀ ਨਾਲ ਲੈ ਜਾਂਦਾ ਹੈ ਲੱਕ ਤੋੜ ਗਿਆ ਵੇ ਲੱਡੂ ਪਰਾਉਣਿਆ ਭੈਣੇ ਮੇਰੇ ਘਰ ਲੱਗ ਕੇ ਮਿਲ ਲੈ ਨੀ ਸਾਡੀ ਵੀ ਕੋਈ ਇੱਜ਼ਤ ਹੈ ਮੇਰਾ ਸੁਪਨੇ ਚ ਦੱਸਿਆ ਮੈਨੂੰ ਯਕੀਨ ਨਾ ਆਵੇ ਸੁਪਨੇ ਚ ਦੱਸਿਆ ਨਾ ਤੇ ਮੈਨੂੰ ਆਦਾ ਵੇਖੇ ਮੈਨੂੰ ਮੱਦੀ ਨੂੰ ਤੇ ਜੋਰੇ ਨੂੰ ਮਿਲਾ ਦਿਓ ਮੈਂ ਉਹਨਾਂ ਨੂੰ ਕਹਾ ਮੇਰੇ ਜਵਾਕਾਂ ਦਾ ਖਿਆਲ ਰੱਖਣਗੇ ਵੀ ਮੈਨੂੰ ਮੂੰਹ ਤਾਂ ਵਿਖਾ ਦੇ ਮੈਨੂੰ ਕਿਸੇ ਨੇ ਮੂੰਹ ਵੀ ਨੀ ਵਿਖਾਇਆ ਮੇਰੇ ਸਿਉਨੇ ਪੁੱਤਰਾ ਤੇਰੀ ਲਾਸ਼ ਨੂੰ ਕੁੱਤੇ ਖਾ ਕੇ ਹੋਏ ਲੱਡੂ ਪਰਾਉਣਿਆ ਆਇਓ ਮੇਰੀ ਭੈਣ ਦੂਜੀ ਵਾਰੀ ਰੰਡੀ ਹੋ ਗਈ ਹੋਏ ਉਹ ਦੁੱਧ ਚ ਪੱਤੀ ਪਾ ਕੇ ਲਿਆ ਦੇ ਮੈਂ ਤੂੰ ਰੋਇਆ ਵੀ ਨੀ ਜਾਂਦਾ ਭੈਣੇ ਬਾਪੂ ਤੁਸੀਂ ਦਿਮਾਗ ਤੇ ਵਜੇ ਨਾ ਪਾਈ ਬਾਪੂ ਪਰਵਾਹ ਨਾ ਮੰਨੀ ਮੈਂ ਹੈਗਾ ਤੇਰਾ ਸ਼ੇਰ ਪੁੱਤ ਬਾਪੂ ਤੂੰ ਹੌਸਲਾ ਰੱਖ ਬਾਪੂ ਤੂੰ ਬਾਪੂ ਤੂੰ ਬਾਪੂ ਤੈਨੂੰ ਕੀ ਹੋਈ ਜਾਂਦਾ ਤੂੰ ਬਾਪੂ ਤੂੰ ਹੌਸਲਾ ਰੱਖ ਬਾਪੂ ਤੂੰ ਕੁਛ ਨਹੀਂ ਹੋਇਆ ਮੈਨੂੰ ਇਹੋ ਜਿਹੇ 2900 ਮਰਦੇ ਆ ਸੋਹਣਾ ਕਲੇਸ਼ ਮੂਹਰੇ ਆ ਗਿਆ ਦੇਖ ਕਿਵੇਂ ਫੱਫੇ ਕੁੜਦੀ ਆ ਮੇਰੇ ਪੈਸੇ ਖਾਣੀ ਮੇਰੇ ਪੈਸੇ ਖਾਣੀ ਕੀ ਕਰਾਂ
ਕਿਆਮਤ ਕਿੱਧਰ ਨੂੰ ਜਾਵਾ ਵੇ ਕੋਈ ਫਾਕਾ ਜਿੱਥੇ ਮਰਜ਼ੀ ਲਾਈਏ ਡਾਕਾ ਨਾ ਕੋਈ ਫਿਕਰ ਨਾ ਕੋਈ ਫਾਕਾ ਜਿੱਥੇ ਮਰਜ਼ੀ ਲਾਈਏ ਡਾਕਾ ਮਾਲ ਪਰਾਇਆ ਖਾ ਕੇ ਹੋ ਗਏ ਵਾਰੇ ਨਿਆਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਚਾਹੇ ਜਾ ਬਹਿਣਾ ਖਾਣਾ ਪੀਣਾ ਮਨ ਪਾਉਂਦਾ ਨਾਲੇ ਮਸਤੀ ਦੇ ਵਿੱਚ ਰਹਿਣਾ ਹਵਾ ਚ ਮਾਰ ਉਡਾਰੀ ਜਿੱਥੇ ਜੀ ਚਾਹੇ ਜਾ ਬਹਿਣਾ ਜੋ ਜੀ ਚਾਹੇ ਮੰਗੀਏ ਹੁੰਦੇ ਹਾਏ ਜੋ ਜੀ ਚਾਹੇ ਮੰਗੀਏ ਹੁੰਦੇ ਵਾਰੇ ਨਿਆਰੇ ਨੇ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਦੇਖੋ ਪੁੱਤਾਂ ਨੂੰ ਬੜੇ ਨਜ਼ਾਰੇ ਨੇ ਪੁੱਤਾਂ ਬਣ ਕੇ ਦੇਖੋ ਪੁੱਤਾਂ ਨੂੰ ਬੜੇ ਨਜ਼ਾਰੇ ਨੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਆਹ
ਵਾਸੀ ਈਲਵਾਲ ਜ਼ਿਲ੍ਹਾ ਸੰਗਰੂਰ ਹਾਜ਼ਰ ਹੋ। ਹਾਜ਼ਰਾਂ ਜੀ ਹਾਜ਼ਰਾਂ। ਉਹ ਮਹਾਰਾਜ ਜਿਹੜੇ ਮੈਨੂੰ ਲਿਆਉਣ ਵਾਸਤੇ ਜਮਦੂਤ ਭੇਜੇ ਸੀ, ਜਮਾਂ ਨਹੀਂ ਸੀ ਬੋਲਦੇ ਦੋਨੋਂ ਬੱਟੇ ਜੇ। ਕੋਈ ਬੰਦੇ ਚੰਗੇ ਭੇਜਿਆ ਕਰੋ, ਐਡਾ ਲੰਬਾ ਸਫ਼ਰ ਹੈ, ਦੁਰਦਸ਼ਾ ਕਰਕੇ ਲੈ ਨੇ ਮੇਰੀ ਚਿਤ੍ਰਗੁਪਤ। ਇਹਦੀ ਕੁੰਡਲੀ ਵੇਖੋ, ਇਹਨੇ ਕੋਈ ਚੰਗਾ ਕੰਮ ਕੀਤਾ ਕਿ ਨਹੀਂ? ਬੜੇ ਚੰਗੇ ਕੰਮ ਕੀਤੇ ਨੇ ਮਹਾਰਾਜ। ਜਨਾਨੀਆਂ ਘਰੇ ਪੱਠੇ ਸੁੱਟ ਕੇ ਭੁੱਖੇ ਜਾਨਵਰਾਂ ਦਾ ਢਿੱਡ ਭਰਿਆ, ਗਰੀਬਾਂ ਦੇ ਘਰੇ ਆਟਾ ਪਿਹਾ ਕੇ ਸੁੱਟਿਆ। ਜਿਹੜੀ ਜਨਾਨੀ ਨੂੰ ਅੱਜ ਤਾਈਂ ਕਿਸੇ ਨੇ ਛੇੜਿਆ ਨਹੀਂ, ਉਹ ਛਿੜਨ ਨੂੰ ਤਰਸਦੀ ਰਹੀ, ਉਸ ਨੂੰ ਇਸ ਪੁਰਸ਼ ਨੇ ਛੇੜਿਆ। ਚਮੁੰਡਾ, ਸੋਰੀ ਮਹਾਰਾਜ। ਇਸ ਨੇ ਕਿਸੇ ਦਾ ਹੋਰ ਵੀ ਭਲਾ ਕੀਤਾ? ਹਾਂ ਮਹਾਰਾਜ, ਇਹ ਸਿੱਧਾ ਸਾਦਾ ਬੰਦਾ ਹੈ, ਦਿਲ ਦਾ ਸਾਫ਼ ਹੈ, ਉੱਟ ਖਾਣਾ ਇਹਦਾ ਜਮਾਂਦਰੂ ਪੈਸਾ। ਇਸ ਨੇ ਕਦੇ ਨਿਹੱਤੇ ਤੇ ਵਾਰ ਨਹੀਂ ਕੀਤਾ, ਸਗੋਂ ਨਿਹੱਤੇ ਤੋਂ ਆਪ ਛਿੱਤਰ ਖਾਦੇ ਨੇ। ਠੀਕ, ਇਹਨੇ ਆਮ ਜ਼ਿੰਦਗੀ ਨਾਲੋਂ ਸੁਪਨੇ 'ਚ ਵਾਧੂ ਗੰਦ ਪਾਇਆ, ਤੇ ਇਸਨੇ ਆਪਣੇ ਪਿਤਾ ਸ਼੍ਰੀ ਕੈਲੇ ਬੁੜੇ ਨੂੰ ਗਾਲਾਂ ਕੱਢੀਆਂ ਤੇ ਉਸ ਤੇ ਹੱਥ ਵੀ ਚੁੱਕਿਆ ਮਹਾਰਾਜ। ਇੱਕ ਵਾਰੀ ਇਸਨੇ ਆਪਣੇ ਪਿਤਾ ਸ਼੍ਰੀ ਨੂੰ ਮਹਾਰਾਜ ਮਾਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਉਸ ਨੂੰ ਨਹਿਰ ਵਿੱਚ ਸੁੱਟਿਆ, ਪਰ ਉਹ ਨਹਿਰ ਸੁੱਕੀ ਸੀ ਮਹਾਰਾਜ। ਇਸ ਦਾ ਲੇਖਾ ਜੋਖਾ ਕੀਤਾ ਜਾਏ ਤੇ ਇਹਨੂੰ ਸਜ਼ਾ ਦਿੱਤੀ ਜਾਵੇ। ਜੀ ਮਹਾਰਾਜ, ਮਹਾਰਾਜ ਇਸ ਨੂੰ 3 ਮਹੀਨੇ ਸਵਰਗ ਤੇ 5 ਦਿਨਾਂ ਲਈ ਨਰਕ ਵਿੱਚ ਭੇਜ ਦਿੱਤਾ ਜਾਵੇ। ਆਪਣੇ ਅਸੂਲਾਂ ਦੇ ਮੁਤਾਬਕ ਇਹਨੂੰ ਪਹਿਲਾਂ ਸਵਰਗਾਂ 'ਚ ਭੇਜਿਆ ਜਾਵੇ ਤੇ ਬਾਕੀ ਕਾਰਵਾਈ ਸਜ਼ਾ ਭੁਗਤਣ ਤੋਂ ਬਾਅਦ ਕੀਤੀ ਜਾਏਗੀ। ਚਮੁੰਡਾ, ਓ ਚਮੁੰਡਿਆ, ਓ ਮਹਾਰਾਜਾ, ਜਿੱਥੇ ਨਜ਼ਾਰੇ ਹੋਣ ਮੈਨੂੰ ਤਾਂ ਉੱਥੇ ਤੋਂ ਹੀ ਸਮਝ ਗਿਆ। ਲੈ ਜਾਓ ਇਹਨੂੰ ਇੱਥੋਂ, ਓ ਨਜ਼ਾਰੇ ਚਮੁੰਡਾ। ਜੀ ਮਹਾਰਾਜ, ਅਗਲਾ ਸੱਜਣ ਫੌਜੀ ਪੁੱਤਰ ਗੁਰਦਿਆਲ ਸਿੰਘ ਵਾਸੀ ਕਕਰਾਲਾ ਹਾਜ਼ਰ ਹੋ। ਬਲੇ ਪੁੱਛਣਾ ਮਾਈ ਦੀ ਜੇ, ਸਭ ਦੇ ਦਿਲ ਤੇ ਛਾਉਂਦੀ ਮਾਈ, ਕਰਚ ਕਲੇਸ਼ ਮਟਾਉਂਦੀ ਮਾਈ, ਕਰਚ ਕਲੇਸ਼ ਮਟਾਉਂਦੀ ਮਾਈ, ਕਰਚ ਕਲੇਸ਼ ਮਟਾਉਂਦੀ ਮਾਈ, ਵਿਛੜੇ ਯਾਰ ਮਲਾਉਂਦੀ ਮਾਈ, ਕਰਚੋ ਭੂਤ ਭਜਾਉਂਦੀ ਮਾਈ, ਕਰਚੋ ਭੂਤ ਭਜਾਉਂਦੀ ਮਾਈ, ਕਰਚੋ ਭੂਤ ਭਜਾਉਂਦੀ ਮਾਈ। ਜੈ ਬੋਲੋ ਜੈ ਬੋਲੋ ਪੁੱਤਰ ਦੀ ਜੈ ਬੋਲੋ, 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 ਜੈ ਬੋਲੋ ਜੈ ਬੋਲੋ ਪੁੱਤਰ ਦੀ ਜੈ ਬੋਲੋ। ਜੇ ਮਾਈ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਏ ਖਾਲੀ, ਜੈ ਸ਼ੰਭੂ ਢਾ ਦੇ ਕੋਠੇ ਲਾ ਦੇ ਤੰਬੂ। ਹਾਂ ਬਾਈ, ਮਰਨ ਵਾਲੇ ਦੀ ਕਿੰਨੀ ਉਮਰ ਸੀ ਬੱਚਾ? ਉਮਰ ਤਾਂ ਮੇਰੇ ਯਾਦ ਨੀ ਜੀ, ਮੂੰਹ ਜੰਮੇ ਨੂੰ 30 ਸਾਲ ਹੋ ਗਏ ਸੀ। ਮਾਤਾ ਜੀ, ਰਾਤ ਮੇਰਾ ਮੱਝਾ ਮੂੰਹ ਤਾਂ ਮਾਰਤਾ, ਉਹ ਤਾਂ ਮੇਰਾ ਕਾਲ ਹੈ ਕਾਲ, ਮੈਨੂੰ ਕੋਈ ਤਵੀਤ ਤਬੂਤ ਪਾ ਦੋ ਜੀ, ਮੈਨੂੰ ਨੀ ਛੱਡਦਾ ਉਹ। ਆ ਕੱਲ ਨਾਈਆਂ ਦੀ ਬਹੂ ਗੁਸਲਖਾਨੇ ਚ ਲਾਉਂਦੀ ਸੀ, ਸਾਲਾ ਉਹਨੂੰ ਦੇਖਦਾ ਫਿਰਦਾ ਸੀ। ਅੱਛਾ, ਤਾਂ ਮਰਨ ਵਾਲਾ ਠਰਕੀ ਵੇਲੜ ਨਿਕੰਮਾ ਤੇ ਢੀਠ ਕਿਸਮ ਦਾ ਸੀ। ਹਾਂ ਮਾਈ, ਹਰੇਕ ਤੀਵੀਂ ਤੋਂ ਛਿੱਤਰ ਖਾਂਦਾ ਸੀ, ਬਾਹਮਣਾਂ ਦੀ ਬਹੂ ਨੇ ਤਾਂ ਤਾਈ ਕੁੱਟਿਆ ਸੀ। ਮਰਿਆ ਕਿਸ ਤਰ੍ਹਾਂ? ਉਹ ਜੀ, ਘਰ 'ਚ ਚੱਤੋ ਪੈਰ ਕਲੇਸ਼ ਰਹਿੰਦਾ ਸੀ, ਨਹਿਰ 'ਚ ਗਲੀ ਸੜੀ ਲਾਸ਼ ਮਿਲੀ ਹੈ, ਨਿਸ਼ਾਨੀਆਂ ਤੋਂ ਪਤਾ ਚੱਲਿਆ ਕਿ ਇਹ ਮੇਰੀ ਗੰਦੀ ਲਾਦ ਹੈ। ਅਸੀਂ ਕੀ ਕਰੀਏ ਜੀ, ਫੂਕਤਾ ਭੋਗ ਵੀ ਪਾਤਾ, ਸਾਰੇ ਪਿੰਡ 'ਚ ਭੜਥੂ ਪਾ ਰੱਖਿਆ, ਜਿਉਂਦੇ ਨੇ ਵੀ ਬਦਨਾਮੀ ਕਰਵਾਈ ਸੀ ਮੇਰੇ ਸਾਲੇ ਨੇ, ਹੁਣ ਮਰ ਕੇ ਵੀ ਨਹੀਂ ਹਟਦਾ, ਠੁੱਡੇ ਮਾਰਦਾ, ਥੱਪੜ ਮਾਰਦਾ, ਪਰ ਦਿੰਦਾ ਕਿਸੇ ਨੂੰ ਨਹੀਂ। ਸਾਨੂੰ ਤਾਂ ਬੜਾ ਡਰ ਲੱਗਦਾ ਜੀ। ਮੈਂ ਤਾਂ ਜੀ ਇਸੇ ਗੱਲੋਂ ਡਰਦਾ, ਨਹਾਉਂਦਾ ਨਹੀਂ, ਕਿਤੇ ਮੈਨੂੰ ਨਾ ਦੇਖ ਲੈ। ਸਾਡੇ ਪਿੰਡ ਤਾਂ ਕੋਈ ਡਰਦੀ ਨਹਾਉਂਦੀ ਨਹੀਂ ਜੀ। ਫੇਰ ਤਾਂ ਕੋਈ ਚੀਲ ਮਾਰਿਆ ਹਕੀਮ ਕਰੀਮ ਚਮੁੰਡਾ ਹੈ ਨਵਾ। ਪ੍ਰੇਤ ਬਣ ਗਿਆ, ਡਰੋ ਨਾ, ਤੁਹਾਡਾ ਵਾਲ ਨਹੀਂ ਬਾਕਾ ਹੋਵੇਗਾ। ਇੱਕ ਸ਼ਰਾਬ ਦੀ ਬੋਤਲ ਮੰਗਦਾ, ਕਾਲਾ ਕੁੱਕੜ ਮੰਗਦਾ, ਤੇ 1.25 ਗਜ਼ ਖੱਦੜ 5100 ਰੁਪਿਆ। ਮੈਂ ਨੀ ਜਾਂਦੀ ਘਰੇ, ਉਹ ਤਾਂ ਘਰੇ ਬੈਠਾ ਹੋਊਗਾ। ਉਹ ਡਰ ਨਾ ਬਾਬੀ, ਹੁਣ ਤਾਂ ਇਹ ਕਰਕੇ ਸਾਰੀਆਂ ਪੁੱਠੀਆਂ ਸਿੱਧੀਆਂ ਪਾ ਦੂਗੀ। ਹੈਲੋ ਮਹਾਰਾਜ, ਅਸੀਂ ਤੁਹਾਨੂੰ 10,000 ਰੁਪਏ ਲਿਆ ਦਿੰਦੇ, ਰੇਡੀਮੇਡ ਕੱਪੜੇ ਵੀ ਲਿਆ ਦਾਂਗੇ ਖਰੀਦ ਕੇ ਬਾਜ਼ਾਰੋਂ, ਪਰ ਸਾਨੂੰ ਉਹ ਤਪਾਉਂਦਾ ਬਹੁਤ ਹੈ, ਸਾਲਾ ਹੁਣ ਮਰ ਕੇ ਵੀ ਖੇੜਾ ਨਹੀਂ ਛੱਡਦਾ, ਪਿਛਲੇ ਜਨਮ ਦਾ ਬੈਰੀ ਬਣ ਗਿਆ ਮੇਰਾ ਤਾਂ।
ਹਟ ਜਾ, ਪਿੱਛੇ ਹਟ ਜਾ, ਪਿੱਛੇ ਹਟ ਜਾ, ਆ 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 ਜਾ, ਬੰਦੂ ਆ ਜਾ, ਆ ਜਾ, ਆ ਜਾ, ਹੁਣ ਦੱਸ ਟੀਵੀ ਦੇਖਦਾ ਸੀ ਲਾਉਂਦਿਆ, ਤੈਨੂੰ ਨੰਗਾ ਕਰਕੇ ਅੱਗ ਲਾ ਦੋ, ਪਾਲਕੇ ਨੂੰ ਖਾ ਲੋ। ਦੱਸ ਹੁਣ ਤੰਗ ਕਰੇਗਾ, ਦੱਸ ਤੰਗ ਕਰੇਗਾ ਇਹਨਾਂ ਨੂੰ। ਆ ਵੇਖ ਬੋਲਿਆ ਯਾਰ, ਆਪਾਂ ਨੂੰ ਤਾਂ ਦਿੰਦਾ ਨੀ ਹੈਗਾ। ਇਨਸਾਨਾਂ ਨੂੰ ਨਹੀਂ, ਫਕੀਰਾਂ ਨੂੰ ਦਿੱਤਾ, ਪਸੀਆਂ ਨੂੰ ਦਿੱਤਾ। ਦੇਖ ਕਿਵੇਂ ਤਰਲੇ ਕਰਦਾ, ਨਹੀਂ ਛੱਡਦੀ ਤੈਨੂੰ ਮੈਂ ਹੁਣ। ਮੈਂ ਕਿਹਾ ਜੀ ਹੁਣ ਇਹਨੂੰ ਅੱਗ ਲਾ ਦੋ, ਅੱਗ ਇਹਦਾ ਮੁਸ਼ਕ ਨਾ ਨਿਕਲੇ, ਇਹਨੇ ਸਾਨੂੰ ਬਹੁਤ ਬਾਰ ਰੱਖਿਆ ਕਿੰਨੇ ਚਿਰ ਦਾ। ਜੈ ਮਾਈ ਕਲਕੱਤੇ ਵਾਲੀ, ਤੇਰਾ ਬਾਹਰ ਨਾ ਜਾਏ ਖਾਲੀ। ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਡੇ ਸਾਰੇ ਪਿੰਡ ਵੱਲੋਂ ਬਹੁਤ ਵਧੀਆ ਤੁਸੀਂ ਇਹ ਤਾਂ ਕਰਤਾ, ਸਾਡਾ ਸਾਡਾ ਛੁਟਕਾਰਾ ਹੋ ਗਿਆ। ਆ ਬੋਲੋ ਸਾਰੇ, ਕਲਕੱਤੇ ਵਾਲੀ ਦੇਵੀ ਦੀ ਜੈ, ਪੁੱਤਰੋ ਮਾਤਾ ਦੀ ਜੈ, ਪੁੱਤਰੋ ਮਾਤਾ ਦੀ ਜੈ, ਪੁੱਤਰੋ ਮਾਤਾ ਦੀ ਜੈ। ਮਹਾਰਾਜ ਮਹਾਰਾਜ ਅਨਰਥ ਹੋ ਗਿਆ, ਇੱਕ ਪਾਪੀ ਪੁਰਸ਼ ਸਵਰਗਾਂ ਦੀ ਕੰਧ ਟੱਪ ਕੇ ਨਰਕ ਵਿੱਚ ਚਲਾ ਗਿਆ। ਚਮੁੰਡਾ ਸੋਰੀ ਮਹਾਰਾਜ, ਉਸ ਨੇ ਸਦੀਆਂ ਪੁਰਾਣੇ ਅਸੂਲਾਂ ਦੀ ਉਲੰਘਣਾ ਕੀਤੀ ਹੈ, ਉਸ ਮੂਰਖ ਨੂੰ ਇੱਥੇ ਪੇਸ਼ ਕੀਤਾ ਜਾਏ। ਮੁਜਰਮ ਰੂਪ ਪੁੱਤਰ ਕੈਲਾ ਬੜਾ ਵਾਸੀ ਈਲਬਾਲ ਜ਼ਿਲ੍ਹਾ ਸੰਗਰੂਰ ਹਾਜ਼ਰ ਹੋ। ਹਾਂ ਬਈ ਮਹਾਪਾਪੀ ਪੁਰਸ਼, ਅਸੀਂ ਤੈਨੂੰ ਸਵਰਗਾਂ 'ਚ ਭੇਜਿਆ ਸੀ ਤੇ ਤੂੰ ਉੱਥੇ ਨਰਕਾਂ 'ਚ ਕੀ ਡੋਕੇ ਲੈਣ ਗਿਆ ਸੀ? ਮਹਾਰਾਜ ਮੈਂ ਦੋ ਦਿਨ ਸਵਰਗਾਂ ਦੇ ਵਿੱਚ ਨਰਕ ਭੁੱਗਿਆ, ਉੱਥੇ ਮੇਰਾ ਸਾਹ ਘੁੱਟਦਾ ਸੀ ਮਹਾਰਾਜ, ਧੂਫਾਂ ਨੇ ਮੇਰੀਆਂ ਨਾਸਾਂ ਕਾਲੀਆਂ ਕਰਤੀਆਂ ਨਾਸਾਂ, ਪੰਡਤਾਂ ਨੇ ਮਾਰ ਮਾਰ ਕੇ ਟੱਲੀਆਂ ਵਜਾ ਵਜਾ ਟੱਲੀਆਂ ਮੇਰੇ ਕੰਨ ਬੋਲੇ ਕਰਤੇ, ਕੋਈ ਰਾਮ ਰਾਮ, ਕੋਈ ਅੱਲਾ ਅੱਲਾ, ਕੋਈ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਬੋਲ ਰਹੇ ਸੀ ਜੀ। ਮਹਾਰਾਜ ਜਿਦ ਜਿਦ ਕੇ ਪਾਠ ਕਰਦੇ ਨੇ ਜੀ, ਉੱਥੇ ਕੋਈ ਮਨੋਰੰਜਨ ਦਾ ਸਾਧਨ ਨਹੀਂ ਜੀ, ਮੈਂ ਤਾਂ ਨਰਕੀ ਵਧੀਆ ਨੇ। ਜਮਨਾ ਜੱਟ ਤਿੰਨ ਖਾੜੇ ਲਾਉਂਦਾ ਹੈ, ਭਾਈ ਗੋਪਾਲ ਸਿੰਘ ਰਾਗੀ ਕੀਰਤਨ ਕਰਦਾ ਹੈ ਤੇ ਹੋਰ ਬੜੇ ਜਥੇ ਬੁਲਾਉਂਦੇ ਆ ਅਸੀਂ। ਆਹੋ ਮਸਕੀਨ ਸਿੰਘ ਬਾਬਾ ਜੀ ਸਾਰੀ ਦਿਹਾੜੀ ਕਥਾ ਹੀ ਕਰੀ ਜਾਂਦੇ ਨੇ ਜੀ। ਲੈ ਉਧਰ ਨਰਕ 'ਚ ਜਾ ਕੇ ਦੇਖੋ ਜੀ, ਚਮਕੀਲਾ ਆਏ ਹਾਏ ਹਾਏ ਹਾਏ, ਟੈ ਟੈ ਟੈ, ਇੰਨੇ ਨਜ਼ਾਰੇ ਦਿੰਦਾ ਜੀ, ਬੈਠਣ ਨੂੰ ਥਾਂ ਨਹੀਂ ਮਿਲਦੀ, ਇੰਨਾ ਇਕੱਠ ਹੁੰਦਾ। ਹੋਰ ਹੋਰ ਜੀ ਪੰਜਾਬੀ ਕਲਾਕਾਰ, ਹਿੰਦੀ ਕਲਾਕਾਰ, ਬੱਲੇ 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 ਬੱਲੇ, ਇੰਨੀਆਂ ਰੌਣਕਾਂ, ਡੀਜੇ ਲੱਗਿਆ ਹੋਇਆ, ਇੰਨੀਆਂ ਘੈਂਟ ਡਾਂਸਰਾਂ ਨੇ ਮਹਾਰਾਜ, ਹਾਏ 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 ਹਾਏ, ਜਦੋਂ ਕਰਦੀਆਂ ਨੇ ਕਾਂਟਾ ਲਗਾ ਮਾਲਕੋ ਭੁੱਲ ਜਾਂਦਾ ਸਾਰਾ ਕੁਛ, ਨਰਕਾਂ 'ਚ ਤਾਂ ਜੀ ਬਹੁਤ ਲੱਗਦਾ ਮਹਾਰਾਜ। ਪਰ ਮਹਾਰਾਜ ਇਸ ਮੂਰਖ ਪ੍ਰਾਣੀ ਨੂੰ ਇਹ ਨਹੀਂ ਪਤਾ ਕਿ ਨਰਕਾਂ ਵਿੱਚ ਕੋਰੜੇ ਵੀ ਪੈਂਦੇ ਨੇ ਤੇ ਤੇਲ ਦੇ ਉੱਬਲਦੇ ਕੜਾਹਾਂ ਵਿੱਚ ਉਬਾਲਿਆ ਜਾਂਦਾ। ਲੈ ਚਮਕੀਲਾ ਸੁਣ ਕੇ ਸਭ ਕੁਛ ਭੁੱਲ ਜਾਂਦੇ ਆ ਜੀ, ਤੁਸੀਂ ਮਹਾਰਾਜ ਨਾਂ ਬਦਲ ਕੇ ਨਰਕਾਂ ਦਾ ਨਾਂ ਰੱਖੋ ਸਵਰਗਪੁਰੀ ਤੇ ਸਵਰਗਾਂ ਦਾ ਨਾਂ ਰੱਖੋ ਨਰਕਪੁਰੀ। ਚਿਤ੍ਰਗੁਪਤ ਇਸ ਪਾਪੀ ਪੁਰਸ਼ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਇਸ ਨੇ ਕਰੋੜਾਂ ਸਾਲਾਂ ਤੋਂ ਚੱਲੇ ਆ ਰਹੇ ਨਿਜ਼ਮਾਂ ਨੂੰ ਤੋੜਿਆ। ਮਹਾਰਾਜ ਖਿਆਲ ਰਹੇ, ਜੇ ਮੈਨੂੰ ਸਜ਼ਾ ਦੇਣੀ ਹੈ ਤਾਂ ਨਰਕਾਂ 'ਚ ਦੇਵੇਓ, ਮੈਨੂੰ ਨਹੀਂ ਲੋੜ ਹੈਗੀ ਸੁਰਗਾਂ ਸਰਗਾਂ ਦੀ। ਮਹਾਰਾਜ ਬੜਾ ਹੀ ਢੀਠ ਕਿਸਮ ਦਾ ਬੰਦਾ ਹੈ, ਜਿਹੜਾ ਕੰਮ ਕਰਦਾ ਉਹ ਕਰਦਾ ਗੰਦਾ। ਉਹ ਦੁਨੀਆ ਚੰਨ ਤੇ ਪਹੁੰਚ ਗਈ, ਦੇਖ ਤਾਂ ਸਹੀ, ਤੁਸੀਂ ਨਹੀਂ ਜਾਣਦੇ ਅੰਗਰੇਜ਼ਾਂ ਦੇ ਦਿਮਾਗ ਨੂੰ, ਉਹ ਇੱਥੇ ਵੀ ਪਹੁੰਚਣ ਵਾਲੇ ਨੇ ਸਿੱਧੇ। ਮਹਾਰਾਜ ਲੋਕ ਚੰਦਰਮਾ ਦੇਵਤਾ ਤੇ ਪਹੁੰਚ ਗਏ ਨੇ, ਪਰ ਜਿੱਥੇ ਤੁਸੀਂ ਅਜੇ ਤੱਕ ਨਹੀਂ ਪਹੁੰਚੇ। ਚਮੁੰਡਾ ਯੈਸ ਮਹਾਰਾਜ। ਆਹੋ ਉਹ ਸਾਡੇ ਬੜੀ ਤਰੱਕੀ ਕਰ ਲਈ ਹੈ ਤੇ ਤੁਸੀਂ ਕੀ ਕਰਿਆ? ਉਹ ਲੱਖਾਂ ਸਾਲ ਹੋ ਗਏ ਮਹਾਰਾਜ ਤੁਹਾਡੇ ਕੋਲ ਉਹੀ ਝੁੱਟ ਹੈ, ਸਾਡੇ ਮਾੜੇ ਤੋਂ ਮਾੜਾ ਬੰਦਾ ਸਕੂਟਰ ਲਈ ਫਿਰਦਾ, ਜਿਹੜੇ ਤੇਰਾ ਨਾਂ ਵਰਤਦੇ ਨੇ ਤੇਰੇ ਨਾਂ ਤੇ ਲੋਕਾਂ ਨੂੰ ਡਰਾਉਂਦੇ ਆ। ਧਰਮਰਾਜ ਐ ਕਰਦੂ, ਉੱਥੇ ਤੁਹਾਨੂੰ ਲੇਖਾ ਦੇਣਾ ਪਊ, ਧਰਮਰਾਜ ਇੰਨਾ ਖਤਰਨਾਕ ਬੰਦਾ ਹੈ। ਚਮੁੰਡਾ ਕੌਣ ਨੇ ਉਹ ਹਰਾਮ ਖੋਰ ਲੋਕ? ਪਖੰਡੀ ਬਾਬੇ ਜਿਹੜੇ ਲੋਕਾਂ ਨੂੰ ਲੁੱਟਦੇ ਆ, ਤੁਹਾਡਾ ਨਾਂ ਵੇਚ ਕੇ ਮਹਾਰਾਜ
ਏਸੀ ਕਾਰਾਂ ਚ ਘੁੰਮਦੇ ਆ, ਏਸੀ ਕਾਰਾਂ ਚ। ਪਰ ਮਹਾਰਾਜ ਸਾਧੂ ਸੰਤ ਤਾਂ ਕੁਟੀਆ ਵਿੱਚ ਰਹਿੰਦੇ ਨੇ। ਲੈ ਕਿਹੜੀ ਕੁਟੀਆ, ਓਏ ਹੁਣ ਸਤਯੁਗ ਨੀ ਕਲਯੁਗ ਹੈ, ਸ਼ੀਸ਼ ਮਹਿਲਾਂ ਵਰਗੇ ਡੇਰੇ ਨੇ ਮਹਾਰਾਜ, ਭੋਰਿਆਂ ਚ ਗੰਦ ਪਾਉਂਦੇ ਨੇ ਗੰਦ। ਮਹਾਰਾਜ ਕੁੜੀਆਂ ਕੱਤਰੀਆਂ ਦਾ ਚੱਕਰ ਵੀ ਭੋਰਿਆਂ ਚ ਹੀ ਚੱਲਦਾ। ਲੋਕ ਉਹਨਾਂ ਨੂੰ ਕੁਛ ਨੀ ਕਹਿੰਦੇ। ਲੈ ਨਾ ਮਹਾਰਾਜ, ਲੋਕਾਂ ਨੇ ਮਰਨਾ ਉਹ ਤਾਂ ਉਹਦੀ ਮਰਵਾ ਦਿੰਦੇ ਆ, ਵੱਡੇ ਵੱਡੇ ਮੰਤਰੀਆਂ ਨਾਲ ਜਰਾਨੇ ਨੇ ਏਸੀ ਕਮਰੇ ਚ ਬਹਿ ਕੇ ਰੱਬ ਦਾ ਨਾਂ ਤੇ ਆਉਂਦੇ ਨੇ ਰੱਬ ਦਾ ਨਾਂ। ਉਹਨਾਂ ਨੂੰ ਪੈੜੀ ਤੋਂ ਪੈੜੀ ਸਜ਼ਾ ਦਿਆਂਗੇ ਅਗਲੇ ਜਨਮ ਚ। ਨਜ਼ਾਰੇ ਤਾਂ ਹੁਣ ਲੈਂਦੇ ਨੇ, ਅਗਲਾ ਜਨਮ ਕਿਹੜੇ ਕੰਜਰ ਨੇ ਦੇਖਿਆ। ਮਹਾਰਾਜ ਇਹ ਮਾਮੂਲੀ ਜੇ ਪਖੰਡੀ ਲੋਕ ਏਸੀ ਕਾਰਾਂ ਚ ਘੁੰਮਦੇ ਨੇ ਤੇ ਤੁਸੀਂ ਏਡੇ ਵੱਡੇ ਪਰਲੋਕ ਦੇ ਮਾਲਕ ਹੋ ਕੇ ਇੱਕ ਝੋਟੇ ਤੇ। ਇੱਥੇ ਆ ਕੇ ਪਤਾ ਚੱਲਿਆ ਇੱਥੇ ਨਾ ਕੋਈ ਛੁੱਟੀ ਆ ਮਹਾਰਾਜ, ਸਾਡੇ ਦੀਵਾਲੀ ਦੀ ਛੁੱਟੀ, ਦੁਸਹਿਰੇ ਦੀ ਛੁੱਟੀ, ਈਦ ਦੀ ਛੁੱਟੀ, 26 ਜਨਵਰੀ ਦੀ ਛੁੱਟੀ, 15 ਅਗਸਤ ਦੀ ਛੁੱਟੀ, ਨਵੇਂ ਸਾਲ ਦੀ, ਲੋਹੜੀ ਦੀ। 365 ਦਿਨਾਂ ਚ 200 ਛੁੱਟੀਆਂ ਹੁੰਦੀਆਂ ਨੇ ਜੀ, 200 ਛੁੱਟੀਆਂ। ਅਸੀਂ ਤਾਂ ਛੁੱਟੀਆਂ ਬਾਰੇ ਕਦੇ ਨੀ ਸੋਚਿਆ। ਤੁਸੀਂ ਕੀ ਸੋਚਣਾ, ਤੁਹਾਡੇ ਦਿਮਾਗ ਹੀ ਨਹੀਂ। ਸਾਡੇ ਲੋਕ ਛੁੱਟੀਆਂ ਮਨਾਉਣ ਵਾਸਤੇ ਸ਼ਿਮਲੇ ਜਾਂਦੇ ਨੇ, ਮਨਸੂਰੀ ਜਾਂਦੇ ਨੇ, ਮਨਾਲੀ ਜਾਂਦੇ ਨੇ, ਤੇ ਤੁਸੀਂ ਤੇ ਤੁਸੀਂ ਮਹਾਰਾਜ ਪਰ ਲੋਕ ਤਾਂ ਸਿਵਾ ਕਿਤੇ ਗਏ ਹੀ ਨਹੀਂ। ਓਏ ਸਾਡੇ ਬੜੀ ਤਰੱਕੀ ਕਰ ਲਈ ਹੈ, ਜਣਾ ਖਣਾ ਜਨਾਬ ਮੋਬਾਈਲ ਨਹੀਂ ਫਿਰਦਾ ਜੀ, ਮੋਬਾਈਲ, ਜਹਾਜ਼, ਇੰਨੇ ਪਰਮਾਣੂ ਬੰਬ ਬਣਾ ਲਏ ਜੀ, ਮਰਨ ਵਾਸਤੇ ਬੰਦੇ ਨਹੀਂ ਮਿਲਣੇ, ਇੰਨੇ ਬੰਬ ਬਣ ਗਏ। ਚਤਰਗੁਪਤ ਚੱਲ ਝੋਟਾ ਤਿਆਰ ਕਰ, ਅਸੀਂ ਵੀ ਪ੍ਰਿਥਵੀ ਦੀ ਸੈਰ ਕਰਨ ਲਈ ਜਾਵਾਂਗੇ। ਓ ਮਹਾਰਾਜ ਰਹਿਣ ਦੋ, ਝੋਟੇ ਨੂੰ ਥੱਲੇ ਸੈਂਸਰਾਂ ਦੇ ਤੰਗ ਕਰਨਗੇ, ਤੁਸੀਂ ਇਹੀ ਚੱਲੋ ਜੀ। ਮਹਾਰਾਜ ਜੇ ਇਸ ਮਹਾਂਪੁਰਸ਼ ਨੂੰ ਨਾਲ ਲੈ ਚੱਲੀਏ ਤਾਂ ਕੋਈ ਹਰਜਾ ਤਾਂ ਨਹੀਂ, ਇਹ ਬੰਦਾ ਮੈਨੂੰ ਫਿਰਿਆ ਤੁਰਿਆ ਲੱਗਦਾ। ਹਾਂ ਇਹ ਬੰਦਾ ਸਾਡੇ ਨਾਲ ਹੀ ਚੱਲੇਗਾ ਚਤਰਗੁਪਤ, ਪਰ ਅਸੀਂ ਰਹਾਂਗੇ ਕਿੱਥੇ? ਲੈ ਮੇਰੇ ਘਰੇ ਰਹੋ, ਤੁਹਾਡਾ ਆਪਦਾ ਘਰ ਹੈ ਜਨਾਬ, ਪਰ ਸਾਡਾ ਬੜਾ ਥੋੜਾ ਜਿਹਾ ਲੰਡੂ ਹੈ ਜੀ, ਉਹਦਾ ਗੁੱਸਾ ਨਾ ਕਰੋ, ਸੁਭਾਅ ਥੋੜਾ ਜਿਹਾ ਗਰਮ ਹੈ ਜੀ ਉਹਦਾ, ਉਹ ਅਸੀਂ ਆਪ ਠੰਡਾ ਕਰ ਲਵਾਂਗੇ। ਠੀਕ ਹੈ ਜੀ, ਚਲੋ ਚਮੁੰਡਾ ਜੀ। ਮਹਾਰਾਜ ਪਰ ਮਹਾਰਾਜ ਇੱਥੇ ਦਾ ਕੀ ਹੋਵੇਗਾ? ਇੱਥੇ ਇੱਕ ਹਫ਼ਤੇ ਲਈ ਦਫ਼ਤਰ ਬੰਦ ਕਰ ਦਿਓ। ਚਮੁੰਡਾ ਬੋਲ ਧਰਮਰਾਜ ਮਹਾਰਾਜ ਦੀ। ਕਿਆ ਬਾਤ ਹੈ, ਉਹ ਥੱਲੇ ਤਾਂ ਕੁਛ ਨਜ਼ਰ ਹੀ ਨਹੀਂ ਆਉਂਦਾ। ਓਏ ਹੋਏ 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 ਹੋ, ਬੱਲੇ 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 ਬੱਲੇ, ਬੱਦਲੀ ਬੱਦਲ, ਆਏ ਹਾਏ 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 ਹਾਏ, ਕਿੰਨੇ ਨਜ਼ਾਰੇ ਨੇ, ਨਜ਼ਾਰਾ ਜਾਂਦਾ। ਪਰ ਮਹਾਰਾਜ ਮੈਨੂੰ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਓਏ ਨਜ਼ਾਰਾ ਨਜ਼ਰ ਨਹੀਂ ਆਉਂਦਾ ਹੁੰਦਾ, ਕੀ ਆਉਂਦਾ ਹੁੰਦਾ? ਓਏ ਪੁਰਾਣੀ ਐਡਾ ਵੱਡਾ ਕੀ ਹੈ ਇਹ ਜੀ? ਜਹਾਜ਼ ਹੈ ਬਹੁਤ ਵੱਡਾ, 1600-1700 ਸਵਾਰੀਆਂ ਨੂੰ ਲੈ ਕੇ ਉੜਦਾ ਪੂਰਾ। ਹਰ ਹੋ ਮਹਾਰਾਜ, ਉਹ ਕਿਤੇ ਜਹਾਜ਼ ਚ ਨਾ ਵੱਜੋ, ਹੋਰ ਐਕਸੀਡੈਂਟ ਕਰਾ ਦੇ। ਮਹਾਰਾਜ ਕੀੜੀਆਂ ਵਾਂਗੂ ਕਿਵੇਂ ਫਿਰਦੇ ਨੇ, ਕਿਤੇ ਉੱਚੇ ਉੱਚੇ ਘਰ ਨੇ। ਉਹ ਤੁਸੀਂ ਤਾਂ ਸ਼ਹਿਰ ਵੱਲ ਜਾਈ ਜਾ ਰਹੇ ਹੋ ਜਨਾਬ, ਥੋੜਾ ਜਿਹਾ ਗੇਰੇ ਦਾ ਪਿੰਡ ਵੱਲ ਨੂੰ ਮੋੜੋ, ਸੰਗਰੂਰ ਤੋਂ 7 ਕਿਲੋਮੀਟਰ ਹੈ ਇਦਵਾਲ। ਬੱਲੇ ਬੱਲੇ, ਓਏ ਭਾਈ ਇਹ ਕੀ ਨੇ? ਇਹ ਕਾਰਾਂ ਟਰੱਕ ਨੇ ਜੀ, ਮੋਟਰਾਂ ਨੇ ਜੀ, ਮੋਟਰ ਗੱਡੀਆਂ। ਉਹ ਦੇਖੋ ਸਾਹਮਣੇ ਟੋਪਾ ਦਿੰਦਾ ਹੈ। ਭਾਈ ਸ਼ੱਕ ਤੇ ਤੇਲ ਵਾਲੀ ਫੈਕਟਰੀ ਕਿੱਡੀ ਕੁ ਦਿੰਦੀ ਹੈ। ਓਏ ਹੋਏ ਹੋਏ, ਕਿੰਨਾ ਘੈਂਟ ਨਜ਼ਾਰਾ, ਪਹਿਲੀ ਵਾਰੀ ਦੇਖਿਆ। ਤੇਰੀ ਆਤਮਾ ਪਹਿਲਾਂ ਤੇਰੇ ਸਰੀਰ ਚ ਪਾਉਣੀ ਪਊ, ਨਹੀਂ ਤਾਂ ਤੂੰ ਕਿਸੇ ਨੂੰ ਨਜ਼ਰ ਨਹੀਂ ਆਏਗਾ। ਪਹਿਲਾਂ ਇਹਦੀ ਲਾਸ਼ ਵੱਲ ਮੂੜਾ ਪਾਓ। ਲੈ ਵੇ ਪ੍ਰਾਣੀ, ਹੁਣ ਤੇਰੀ ਆਤਮਾ ਤੇਰੇ ਸਰੀਰ ਚ ਪ੍ਰਵੇਸ਼ ਕਰਨ ਜਾ ਰਹੀ ਹੈ। ਚਮੁੰਡਾ ਆ ਗਿਆ ਨਜ਼ਾਰਾ, ਆਹਾ ਬੱਲੇ ਬੱਲੇ ਬੱਲੇ, ਆ ਗਿਆ ਨਜ਼ਾਰਾ। ਪੁਰਾਣੀ ਇਹ ਕੀ ਵਸਤੂ ਹੈ? ਇਹ ਕਣਕ ਹੈ, ਕਣਕ ਪਹਿਲਾਂ ਬੀਜੀ ਜਾਂਦੀ ਹੈ, ਫਿਰ ਇਹਨੂੰ ਕੱਢਦੇ ਆ ਕਪੈਨ ਨਾਲ ਵੱਢ ਕੇ, ਫਿਰ ਖਾਂਦੇ ਆ ਚੱਕੀ ਚ ਪੀ ਕੇ ਖਾਂਦੇ ਆ ਇਹਨੂੰ। ਤੁਹਾਨੂੰ ਬਾਅਦ ਚ ਸਮਝਾਊਂਗਾ, ਆਓ ਮੇਰੇ ਘਰੇ ਚਲੋ, ਮੇਰੀ ਗੱਲ ਸੁਣੋ ਜੀ। ਮੇਰਾ ਬੁੜਾ ਥੋੜਾ ਜਿਹਾ ਅੜਬਾ, ਤੁਹਾਨੂੰ ਗਾਲਾਂ ਵੀ ਕੱਢੂ, ਤੁਹਾਨੂੰ ਧੁੱਫੇ ਵੀ ਮਾਰੂ। ਹੈ ਉਹ ਕਿਉਂ ਬਈ? ਉਹਦਾ ਸੁਭਾਅ ਹੀ ਹੈ ਜੀ, ਪਰ ਤੁਸੀਂ
ਇਧਰ ਦੀ ਪਾ ਕੇ ਇਧਰ ਦੀ ਕੱਢੀ ਜਾਓ। ਆ ਜਾਓ ਜੀ, ਆ ਜਾਓ, ਚਲੋ ਜੀ। ਮੈਨੂੰ ਲੱਗਦਾ ਹੈ ਮਹਾਰਾਜ ਇਹ ਤਾਂ ਮੂਰਖ ਪੁਰਾਣੀ ਹੈ, ਉਹ ਮਹਾਮੂਰਖ ਪੁਰਾਣੀ ਹੈ। ਹੁਣ ਐ ਵੀ ਕਰ, ਆ ਜਾਓ ਆ ਜਾਓ ਆ ਜਾਓ ਆਜੋ ਮਹਾਰਾਜ, ਆਜੋ। ਆ ਹੈ ਜੀ ਸਾਡਾ ਘਰ। ਕਲੇਸੀ ਬੁੜਾ ਹੈਗਾ ਰਾਮਲੀਲਾ ਚ ਭਰਤੀ ਹੋ ਗਿਆ। ਉਹ ਬਾਪੂ, ਮੈਂ ਸੱਚੀ ਮੁੱਚੀ ਮਰ ਕੇ ਪ੍ਰਲੋਕ ਚਲਾ ਗਿਆ ਸੀ। ਇਹ ਧਰਮਰਾਜ ਨੇ ਤੇ ਇਹ ਚਿੱਤਰਗੁਪਤ ਜੀ ਨੇ ਧਰਤੀ ਦੀ ਸੈਰ ਕਰਨ ਵਾਸਤੇ ਆਏ ਨੇ। ਇਹੋ ਜਿਹੇ ਬੰਦੇ ਫਿਲਮਾਂ ਚ ਹੁੰਦੇ ਨੇ। ਸਾਲਾ ਧਰਮਰਾਜ ਦਾ ਡਰਾਮੇਬਾਜ਼, ਨਾ ਧਰਮਰਾਜ ਤੇਰੇ ਵਰਗੇ ਮਲੰਗ ਨਾਲ ਆਊਗਾ। ਲੈ ਜਾ ਇਹਨਾਂ ਨੂੰ, ਨਹੀਂ ਤਾਂ ਲੱਤਾਂ ਤੋੜ ਦੂੰਗਾ ਤੁਹਾਡੀਆਂ। ਚਮੁੰਡਾ ਚਿੱਤਰਗੁਪਤ, ਇਸ ਪਾਪੀ ਪੁਰਸ਼ ਦੀ ਕੁੰਡਲੀ ਦੇਖ ਸਿਰਾ। ਮਹਾਰਾਜ ਇਹ ਬੰਦਾ ਬੜਾ ਖਤਰਨਾਕ ਹੈ, ਨਰਮੀ ਵਰਤੋ ਮਹਾਰਾਜ, ਨਰਮੀ। ਸਬੂਤ ਦੇ ਦੋ ਮਹਾਰਾਜ, ਨਹੀਂ ਬੁੜੇ ਨੇ ਘਰੇ ਨਹੀਂ ਬੰਨ ਦੇਣਾ। ਮੋਟੇ ਦਿਮਾਗ ਨਾਲ ਕੋਈ ਸ਼ਕਤੀ ਮਾਰੋ, ਮਾਰੋ ਸ਼ਕਤੀ। ਜੈ ਚਮੁੰਡਾ ਚੰਦਰੇ ਮੁੰਡਾ ਗਨੇ ਚਮੁੰਡਾ, ਹੇ ਚਮੁੰਡਾ ਦਾ ਚਮੁੰਡਾ। ਮਹਾਰਾਜ ਆ ਕੀ ਕਰਕੇ ਰੱਖਤਾ, ਸਾਰੇ ਪਿੰਡ ਚ ਮੈਨੂੰ ਨੰਗਾ ਕਰਕੇ ਰੱਖਤਾ। ਮਹਾਰਾਜ ਮੈਂ ਤਾਂ ਭੁੱਲ ਹੋ ਗਈ, ਮੈਂ ਤਾਂ ਤੁਹਾਨੂੰ ਰਾਮਲੀਲਾ ਨਹੀਂ ਸਮਝ ਗਿਆ। ਮੈਨੂੰ ਕੀ ਪਤਾ ਸੀ ਤੁਸੀਂ ਇਹ ਮਲੰਗ ਦੇ ਨਾਲ ਸਾਡੇ ਘਰੇ ਆਓਗੇ, ਸਾਡੇ ਪਿੰਡ ਨੂੰ ਪਵਿੱਤਰ ਕਰੋਗੇ, ਸਾਡੇ ਘਰ ਨੂੰ ਪਵਿੱਤਰ ਕਰੋਗੇ। ਅੱਜ ਮਹਾਰਾਜ, ਮਹਾਰਾਜ ਮੈਂ ਤਾਂ ਭੁੱਲ ਹੋ ਗਈ, ਮਹਾਰਾਜ ਮਾਫ ਕਰ ਦਿਓ। ਮੇਰੀ ਮਾਂ ਜਾਇਆ, ਮੇਰਾ ਬ੍ਰਦਰ, ਮੇਰਾ ਭਾਈ, ਮੇਰਾ ਵੀਰ, ਮੇਰੀ ਜਾਨ ਦਾ ਟੁਕੜਾ, ਓਏ ਉਹ ਤੂੰ ਕਿੱਥੇ ਤੁਰ ਗਿਆ ਸੀ ਮੇਰੇ ਹੱਥੇ ਹੋਣਿਆ ਭਾਈਆ। ਮੇਰੇ ਸਿਰ ਦੇ ਸਾਈਆਂ, ਸਵਾਮੀ ਤੇਰੇ ਪੈਰ ਕਿੱਥੇ ਨੇ? ਉਹ ਜਿੱਥੇ ਪਹਿਲਾਂ ਹੁੰਦੇ ਸੀ ਉੱਥੇ ਨੇ। ਮੈਂ ਤੂੰ ਕਿੱਥੇ ਛੱਡ ਕੇ ਤੁਰ ਗਿਆ ਸੀ ਮੈਨੂੰ ਕੱਲੀ ਨੂੰ ਇੱਥੇ? ਓਏ ਚਲੋ, ਓਏ ਸਾਰੇ ਪ੍ਰਣਾਮ ਕਰੋ। ਧੰਨ ਭਾਗ ਮਹਾਰਾਜ, ਤੁਸੀਂ ਸਾਡੇ ਗਰੀਬਾਂ ਦੇ ਘਰੇ ਚਰਨ ਪਾਏ, ਇਸ ਘਰ ਨੂੰ ਪਵਿੱਤਰ ਕਰਤਾ। ਆਏ ਹਾਏ ਮਹਾਰਾਜ, ਤੁਸੀਂ ਇਸ ਦੀ ਜਾਨ ਬਖਸ਼ੀ ਹੈ, ਅਸੀਂ ਤੁਹਾਡਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗੇ ਮਹਾਰਾਜ। ਅਸੀਂ ਇਸ ਦੀ ਕੋਈ ਜਾਨ ਨਹੀਂ ਬਖਸ਼ੀ, ਇਹ ਸਾਨੂੰ ਸੈਰ ਕਰਾਉਣ ਵਾਸਤੇ ਲੈ ਕੇ ਆਇਆ ਤੇ ਸਾਡੇ ਨਾਲ ਹੀ ਜਾਵੇਗਾ, ਸਮਝੇ? ਠੀਕ ਹੈ ਮਹਾਰਾਜ, ਊ ਵੀ ਇਹ ਧਰਤੀ ਦੇ ਉੱਤੇ ਬੋਝ ਹੈ, ਉੱਥੇ ਸਕੂਨ ਨਾਲ ਰਹੂਗਾ ਮਹਾਰਾਜ। ਇਹਨੂੰ ਨਾਲ ਹੀ ਲੈ ਜਾਓ ਮਹਾਰਾਜ, ਧਰਤੀ ਤੇ ਤਾਂ ਗੰਦ ਹੀ ਪਾਊਗਾ ਜੀ। ਚੁੱਪ ਕਰ ਦੋ, ਚੁੱਪ ਤੁਸੀਂ, ਚੁੱਪ ਕਰੋ, ਚੱਲ ਰੋਟੀ ਲਾ ਲੈ ਹੁਣ ਤੂੰ। ਮਹਾਰਾਜ ਤੁਸੀਂ ਬੈਠੋ, ਮੈਂ 36 ਪ੍ਰਕਾਰ ਦਾ ਭੋਜਨ ਬਣਾਉਣੀ ਹੈ, ਤੁਸੀਂ ਭੁੱਖੇ ਹੋਵੋਗੇ, ਬੈਠੋ ਤੁਸੀਂ। ਹਾਂ ਮਹਾਰਾਜ, ਤੁਸੀਂ ਐਂ ਕਰੋ, ਹੁਣ ਤੁਸੀਂ ਨਹਾ ਧੋ ਲਓ, ਲੰਬੇ ਸਫ਼ਰ ਤੋਂ ਆਏ ਹੋ, ਥੱਕੇ ਹੋਵੋਗੇ। ਆ ਜਾਓ ਫੋਟੋ ਸੈੱਟ ਮਹਾਰਾਜ, ਮੇਰੇ ਢਿੱਡ ਵਿੱਚ ਵੀ ਦਰਦ ਹੋ ਜਾਂਦਾ। ਕੀ ਹੋ ਗਿਆ ਭੈਣ, ਦੇਣੇ ਦਿਓ, ਮਿਰਚਾਂ ਲੜ ਗਈਆਂ।
ਇੱਥੋਂ ਗੋਲਾ ਉੱਠਦਾ ਸਾਰੇ ਢਿੱਡ ਚ ਕਸਮਾਰ ਪਾਉਂਦਾ। ਰਾਤ ਤਾਂ ਗੱਟਾ ਆਟੇ ਦਾ ਖਾ ਗਏ, ਬਾਲੇ ਅੰਨ ਦੇ ਪੈਰੀ ਹੋ ਮਾਂ ਦਿਓ ਪੁੱਤੋ। ਘੱਟ ਖਾ ਲੈਂਦੇ, ਜੇ ਘਰ ਬਿਗਾਨਾ ਸੀ ਤਾਂ ਢਿੱਡ ਤਾਬਣਾ ਸੀ। ਓਏ ਅਸੀਂ ਭੋਜਨ ਪਾਣੀ ਨਹੀਂ ਕਰਦੇ ਓਏ, ਦੇਵਤੇ ਤਾਂ ਸਿਰਫ ਖੁਸ਼ਬੂ ਦੇ ਭੁੱਖੇ ਹੁੰਦੇ ਨੇ। ਅਸੀਂ ਪਹਿਲੀ ਵਾਰ ਖਾਧਾ, ਇੰਨਾ ਸਵਾਦ ਲੱਗਿਆ ਕਿ ਪੁੱਛੋ ਕੁਝ ਨਾ। ਅਸੀਂ ਤਾਂ ਸੰਗ ਦੇ ਰਹੇ, ਨਹੀਂ ਤਾਂ ਦੁੱਗਣਾ ਤਿੱਗਣਾ ਚੌਗਣਾ ਚਮੁੰਡਾ ਹੋ ਜਾਂਦਾ। ਮਹਾਰਾਜ, ਮੇਰੇ ਪੇਟ ਵਿੱਚ ਵੀ ਗੁੜਗੁੜ ਹੋਈ ਜਾਂਦੀ ਹੈ, ਜ਼ੋਰ ਥੱਲੇ ਨੂੰ ਪਈ ਜਾਂਦਾ। ਹਾਏ, ਅੱਗੇ ਕਦੇ ਨਹੀਂ ਹੋਇਆ। ਜਦ ਖਾਓਗੇ ਹੀ ਨਹੀਂ ਫਿਰ ਜ਼ੋਰ ਕਿੱਥੇ ਪਊ? ਐ ਕਰੋ, ਜਾਓ ਜੰਗਲ ਪਾਣੀ ਜਾਓ। ਚਮੁੰਡਾ, ਓਏ ਜੰਗਲ ਪਾਣੀ ਕੀ ਹੁੰਦਾ? ਹੁਣ ਤੈਨੂੰ ਮੈਂ ਕਿਵੇਂ ਸਮਝਾਵਾਂ ਮਾਸੜਾ, ਹੁਣ ਮੈਂ ਤੈਨੂੰ ਕਰਕੇ ਦਿਖਾਵਾਂ ਵੀ ਆ ਹੁੰਦਾ। ਗੁਰੂ ਨਾ, ਇਹ ਕੰਮ ਤਾਂ ਸਾਰੇ ਕਰਦੇ ਨੇ, ਤੁਸੀਂ ਐ ਕਰੋ ਖੇਤਾਂ ਵੱਲ ਚਲੇ ਜਾਓ। ਠੀਕ ਹੈ। ਓਏ ਗੱਲ ਸੁਣੋ, ਓਏ ਆ ਪਾਣੀ ਤਾਂ ਨਾਲ ਲੈ ਜਾਓ। ਪਾਣੀ ਕਿਉਂ ਬੱਚਾ ਲੋਕ? ਯਾਰ, ਇਹਨਾਂ ਨੂੰ ਤਾਂ ਧੋਣ ਦਾ ਵੀ ਨੀ ਪਤਾ ਕਿ ਤੁਸੀਂ ਕਿਸੀ ਕਰ ਲਿਓ। ਓਏ, ਕਿਸੀ ਕਰਨ ਨੂੰ ਇਹ ਜਵਾਕ ਨੇ? ਤੁਰੇ ਆ ਓਏ। ਛੇਤੀ ਦਾ ਸੁਣ ਕੀ ਹੈ? ਜਦ ਜੰਗਲ ਪਾਣੀ ਬੈਠੋਗੇ ਫਿਰ ਏਦਾਂ ਧੋਣਾ। ਮਹਾਰਾਜ ਮਰ ਗਿਆ। ਜਾਓ ਛੇਤੀ ਵਗ ਜਾਓ, ਭੈਣ ਦੇਣੇ ਦਿਓ, ਕਿਤੇ ਇੱਥੇ ਨਾ ਥਰਮਲ ਪਲਾਂਟ ਲਾ ਦਿਓ। ਯਾਰ, ਇਹ ਬੰਦੇ ਅਜੀਬ ਨੇ, ਇਹਨਾਂ ਨੂੰ ਕੁਝ ਨੀ ਪਤਾ, ਪੁਰਾਣੇ ਖਿਆਲ ਦੇ ਬੰਦੇ ਨੇ। ਮੇਰੇ ਸਾਲਿਓ, ਕੋਈ ਕੰਮ ਕਰ ਲਓ, ਕਦ ਤੱਕ ਮੈਂ ਤੁਹਾਨੂੰ ਵਿਹਲੇ ਨੂੰ ਬਰਦਾਸ਼ਤ ਕਰਦਾ ਰਹੂੰ? ਉਹ ਬਾਪੂ, ਹੁਣ ਮੈਂ ਦੱਸ ਕੀ ਕਰਾਂ, ਆ ਨੌਕਰੀਆਂ ਕੀ ਦਰਖਤਾਂ ਨੂੰ ਲੱਗਦੀਆਂ ਫਿਰਦੀਆਂ ਨੇ। ਸਾਲਿਆ, ਹੋਮਗਾਰਡ 'ਚ ਭਰਤੀ ਹੋ ਜਾ, ਕਦੇ ਤਾਂ ਨੰਬਰ ਲੱਗੂ। ਤਨਖਾਹ ਤਾਂ ਮਿਲਦੀ ਨਹੀਂ, ਹੋਮਗਾਰਡ 'ਚ ਭਰਤੀ ਹੋ ਜਾ। ਓਏ, ਤੈਂ ਕੀ ਮੌਨਧਾਰੀ ਹੈ, 24 ਘੰਟੇ ਤੇਰੀ ਹਵਾਖੋਰੀ ਨਹੀਂ ਮੁੱਕਦੀ। ਬਾਪੂ, ਮੈਨੂੰ ਕੁਝ ਨਾ ਕਹੋ, ਮੈਂ ਤਾਂ ਤੁਹਾਡੇ ਘਰੇ ਮਹਿਮਾਨ ਆਇਆ ਹੋਇਆ ਬਾਪੂ, ਮੈਂ ਤਾਂ ਮਰਿਆ ਹੋਇਆ, ਮੈਨੂੰ ਐਸ਼ ਕਰ ਲੈਣ ਦਿਓ, ਲੈ ਲੈਣ ਦਿਓ ਨਜ਼ਾਰੇ। ਐਵੇਂ ਕਲੇਸ਼ ਪਾ ਕੇ ਨਾ ਬਹਿ ਜੀ ਕਲੇਸੀ ਬਾਬਲਾ। ਹੁਣ ਤੱਕ ਐਸੇ ਕਰੀ ਹੈ, ਕਦੇ ਭਦਰ ਕਰਿਆ ਕਰਿਆ ਤੈਂ? ਉਦੋਂ ਮੈਂ ਕਿਹਾ ਮੇਰੀ ਜੜ ਕਢਾ ਦਿਓ, ਸਾਲੇ ਨੇ ਬਦਮਾਸ਼ ਬੁਲਾ ਕੇ ਮੇਰੀ ਜੜ ਕਢਾ ਦਿੱਤੀ। ਸਾਲੇ ਦੀ ਭੈੜੀ ਖੋਪੜੀ ਦੀ ਪੈਕਿੰਗ 'ਚ ਗੰਦਾ ਦਿਮਾਗ। ਉਹ ਚੱਲ ਬਸ ਕਰ ਬਾਪੂ, ਚੁੱਪ ਹੋ ਜਾ ਹੁਣ, ਇਹਦੇ ਤਾਂ ਵਿਚਾਰੇ ਦੇ ਥੋੜ੍ਹੇ ਜਿਹੇ ਦਿਨ ਰਹਿ ਗਏ ਹੁਣ ਉੱਪਰ ਜਾਣ ਦੇ। ਓਏ ਨੇ ਹੁਣ ਤੁਰ ਜਾਣਾ, ਓਏ ਦਿਨ ਰਹਿ ਗਏ ਨੇ ਥੋੜੇ। ਮੇਰਾ ਸਾਲਿਆ, ਮੈਂ ਤੈਨੂੰ ਇਹਦੇ ਨਾਲੇ ਤੋਰ ਦੂੰ, ਅੰਨ ਦੇ ਬੈਰੀ ਨਾ ਹੋਣ। ਜਿਹਦਾ ਗੱਭਰੂ ਨੌਜਵਾਨ ਬਰਛੇ ਵਰਗਾ ਭਾਈ ਮਰ ਗਿਆ ਹੋਵੇ, ਉਹਨੂੰ ਕਿੱਥੇ ਕੰਮ ਚੰਗੇ ਲੱਗਦੇ ਨੇ ਬਾਪੂ। ਐ ਨੀ ਤੁਸੀਂ ਮਰਦੇ, ਮੈਂ ਮਾਰੂ ਤੁਹਾਨੂੰ। ਉਹ ਤੂੰ ਜਾਣਦੇ ਮੇਰੀ ਧਰਮਰਾਜ ਨਾਲ ਸਿੱਧੀ ਗੱਲ ਹੈ, ਸਭ ਤੋਂ ਪਹਿਲਾਂ ਉੱਪਰ ਜਾ ਕੇ ਤੇਰਾ ਲੰਬਰ ਲਵਾਊ। ਉਹ ਬਾਈ, ਤੂੰ ਚੁੱਪ ਕਰ ਜਾ, ਤੂੰ ਤਾਂ ਸਿਆਣਾ, ਘਰੇ ਆਪਣੇ ਮਹਿਮਾਨ ਆਏ ਹੋਏ ਨੇ, ਇਹਦਾ ਕੀ ਹੈ, ਇਹ ਤਾਂ ਹੈ ਹੀ ਕਲੇਸ਼ੀ। ਕੋਈ ਨਾ, ਤੁਹਾਡੇ ਮੈਂ ਖੋਲਦਾ ਪੋਲ, ਕੀ ਗੁੜ ਖਿਲਾਉਣਾ ਤੁਸੀਂ ਮੈਂ ਦੱਸਦਾ ਕੰਜਰੋ, ਮੈਂ ਤੁਹਾਡੀਆਂ ਸਾਰੀਆਂ ਕਰਤੂਤਾਂ ਦੱਸੂ ਧਰਮਰਾਜ ਨੂੰ। ਬਾਪੂ ਨਾ, ਬਾਪੂ ਨਾ, ਨਾ ਬਾਪੂ, ਤੈਨੂੰ ਰੱਬ ਦਾ ਵਾਸਤਾ, ਨਾ ਬਾਪੂ ਐ ਨਾ ਕਰੀ, ਮੇਰੇ ਬੜੇ ਲੰਬਰ ਬਣੇ ਹੋਏ ਨੇ, ਭੋਲੇ ਦੇ ਲੰਬਰ ਬਣੇ ਬਣੇ ਹੋਏ ਨੇ, ਤੁਹਾਡੇ ਨੰਬਰ ਬਣੇ ਹੋਏ ਨੇ, ਹੈਂ, ਜਿੰਨੇ ਦਿਨ ਉਹ ਇੱਥੇ ਨੇ ਆਪਾਂ ਲੜਨ ਤੋਂ ਪਰਹੇਜ਼ ਕਰੋ, ਮਾੜਾ ਮੋਟਾ ਸ਼ਾਂਤੀ ਰੱਖੋ। ਓਏ ਹਾਂ ਬਾਪੂ, ਆ ਪੂਰੇ ਲੋਕ ਦਾ ਮਾਲਕ ਆਪਣੇ ਪਾਪੀਆਂ ਦੇ ਘਰੇ ਠਹਿਰਿਆ ਹੋਇਆ, ਕੋਈ ਉਹਦੀ ਸੇਵਾ ਕਰ ਲਓ ਜਿੰਨੀ ਹੁੰਦੀ ਹੈ। ਚੰਗਾ ਚੰਗਾ, ਬਹੁਤੀ ਬਕਵਾਸ ਨਾ ਮਾਰ, ਮੈਨੂੰ ਸਾਰਾ ਪਤਾ, ਤੁਸੀਂ ਦਿਲ ਲਾ ਕੇ ਸੇਵਾ ਕਰੋ ਉਹਦੀ, ਕਿਸੇ ਚੀਜ਼ 'ਚ ਘਾਟਾ ਨਹੀਂ ਰਹਿਣਾ ਚਾਹੀਦਾ। ਬਹੁ ਬਾਪੂ ਜਿਉਂਦਾ ਰਹਿ, ਕਹਿਲਾ ਬਾਪੂ ਮੁਰਦਾਬਾਦ। ਬੇਜੀਤ, ਆ ਨੀਕਰਾਂ ਦਾ ਪਲਾਸਟਿਕ ਹੈਗਾ ਤੇਰੇ ਕੋਲ? ਆਹੋ ਆਹੋ ਦੇਬੋ ਹੈਗਾ। ਬੇ, ਤੈਂ ਸੁਣਿਆ ਭਲਾ ਕਹਿੰਦੇ ਮੱਛਰ ਬਨਵਾਸ ਜੇਲ੍ਹ ਚੋਂ ਫਰਾਰ ਹੋ ਗਿਆ, ਲਾਲਾ ਤਾਂ ਡਰਦਾ ਹਰਿਆਣੇ 'ਚ ਵੱਗ ਗਿਆ ਕੈਂਥਲ, ਲੈ ਹੋਰ ਲੈ, ਫਿਰ ਆਪਾਂ ਨੂੰ ਕਾਹਦਾ ਡਰ ਹੈ? ਤੇਰਾ ਨਾਂ ਉਹਦੀ ਹਿੱਟ ਲਿਸਟ 'ਚ ਹੈ, ਦੇਖੀ ਤਾਂ ਸਹੀ।
ਉਹ ਮੈਂ ਕੀ ਉਹਦੇ ਮਾਂ ਮਾਤੇ ਬਾਬਾ ਬੱਦਰ ਨਾਥ ਜੀ ਉਹ ਮੈਨੂੰ ਬਚਾ ਲੈ ਮੈਂ ਤੇਰੀਆਂ ਦੋ ਚਮਕੀਆਂ ਭਰੂੰਗਾ ਔਖਾ ਸੌਖਾ ਹੋ ਕੇ ਮੇਰਾ ਵੀ ਨੰਬਰ ਹੈ ਦੂਜਾ ਮੈਂ ਕੀ ਕਰਾਂ ਮੈਨੂੰ ਦੱਸੀ ਜੀਤ ਤੂੰ ਐ ਕਰ ਦੇਵੋ ਆਹ ਫਰ ਸਾਈਕਲ ਤੂੰ ਲੈ ਝੂਟੇ ਮੈਂ ਨੀ ਕਿਸੇ ਕੰਚਰ ਤੋਂ ਡਰਦਾ ਲੈ ਬੋਲ ਡਰਦੀ ਡੁਰਦੀ ਮੈਨੂੰ ਨੀ ਫਿਰ ਹਾਂ ਸੱਚ ਦੇਵੋ ਤੈਂ ਸੁਣਿਆ ਵੀ ਕੈਲੇ ਬੁੜੇ ਕੇ ਘਰੇ ਕਹਿੰਦੇ ਦੋ ਪਾਸ ਦੇ ਬੰਦੇ ਆਏ ਹੋਏ ਨੇ ਉਹ ਕੌਣ ਨੇ ਬੇ ਉੱਪਰੋਂ ਆਏ ਨੇ ਕਹਿੰਦੇ ਪਰਲੋਕ ਦੇ ਮਾਲਕ ਨੇ ਧਰਮਰਾਜ ਉਰੀ ਬੇ ਬੁਲਾਈ ਸਕਦੀ ਆ ਉਹਨਾਂ 'ਚ ਤਾਂ ਟੋਕਰਾ ਤਾਂ ਰੋਟੀਆਂ ਲਿਖਾ ਜਾਂਦੇ ਨੇ ਬਾਲਟੀਆਂ ਦੀਆਂ ਬਾਲਟੀਆਂ ਦੁੱਧ ਪੀਂਦੇ ਨੇ ਬਾਹਲੇ ਹੀ ਲੋਕ ਦੇਖਣ ਆਉਂਦੇ ਨੇ ਉਹਨਾਂ ਨੂੰ ਤਾਂ ਦੂਰੋਂ ਨੇੜਿਓ ਉਹ ਕਿਉਂ ਖੜਾ ਮਾਰਦੀਆਂ ਦੇਵੋ ਉਹ ਕੋਈ ਉੱਪਰੋਂ ਵੀ ਥੱਲੇ ਆਉਂਦਾ ਹੁੰਦਾ ਉਹ ਥੱਲੇ ਤਾਂ ਉੱਪਰ ਜਾਂਦੇ ਸੁਣੇ ਨੇ ਉਹ ਤਾਂ ਕੋਈ ਠੱਗ ਚੋਰ ਹੋਣਿਆ ਉਹ ਇਹਨਾਂ ਨੂੰ ਉਦੋਂ ਪਤਾ ਲੱਗੂ ਜਦੋਂ ਇਹਨਾਂ ਦਾ ਘਰ ਲੁੱਟ ਕੇ ਲੈ ਗਏ ਕੋਈ ਪਤਾ ਨੀ ਜੀਤ ਗੱਲ ਤਾਂ ਤੇਰੀ ਸੱਚੀ ਹੈ ਸਾਧੂਆਂ ਦੇ ਭੇਸ ਚੋਰ ਤੁਰੇ ਫਿਰਦੇ ਨੇ ਮੈਂ ਮੱਚੀਆਂ ਮੇਰੀ ਤਾਂ ਬੱਕਰੀ ਸੂਣ ਵਾਲੀ ਤੀ ਮੈਂ ਤਾਂ ਇੱਥੇ ਤੇਰੇ ਨਾਲ ਫਿਰਦੀਆਂ ਜਬੜੀਆਂ ਮਾਰਦੀ ਇਹ ਮੱਛਰ ਬਦਮਾਸ਼ ਤੋਂ ਡਰ ਮੱਛਰ ਬਦਮਾਸ਼ ਤੋਂ ਬਾਲੇ ਭੂਸ ਰਿਹਾ ਫਿਰਦਾ ਹੋ ਲੈ ਬਈ ਜੀਤ ਝਗੜਾ ਦੇਖੀ ਜਾਊ ਡਰ ਕੇ ਵਕਤ ਤਾਂ ਨਿਕਲਣਾ ਨੀ ਜਵਾਕ ਵੀ ਪਾਲਣੇ ਨੇ ਉਹ ਚਾਕੂ ਲੈ ਤਲਵਾਰਾਂ ਲੈ ਗਰਨੇਟ ਲੈ ਬੰਬ ਲੈ AK-47 ਲੈ ਲੈ ਕੇ ਪਹਿਲਾ ਪਹਿਲਾ ਪਿਆਰ ਬਰਕੇ ਆਖੋ ਮੈਂ ਕੁਮਾਰ ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ ਓਏ ਗੁਪਤੇ ਬਈ ਤੂੰ ਅੱਜ ਕੱਲ ਬੜੇ ਗੀਤ ਗਾਉਣਾ ਕੀ ਗੱਲ ਮਹਾਰਾਜ ਇਹ ਦੁਨੀਆ ਬੜੀ ਰੰਗਲੀ ਹੈ ਮੇਰਾ ਤਾਂ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਤੂੰ ਠੀਕ ਕਹਿਣਾ ਗੁਪਤਿਆ ਮੇਰਾ ਵੀ ਇਸ ਧਰਤੀ ਤੇ ਬੜਾ ਦਿਲ ਲੱਗਿਆ ਕਿੰਨੇ ਚੰਗੇ ਲੋਕ ਨੇ ਪਰ ਉੱਤੇ ਆਪਣਾ ਸਾਰਾ ਕਾਰੋਬਾਰ ਠੱਪ ਹੋ ਗਿਆ ਹੋਣਾ ਜੇ ਉੱਤੇ ਫੋਨ ਹੁੰਦੇ ਤਾਂ ਆਪਾਂ ਘੱਟੋ ਘੱਟ ਫੋਨ ਕਰਕੇ ਪੁੱਛ ਲੈਂਦੇ ਦੇਖ ਲੈ ਗੁਪਤਿਆ ਇੱਥੇ ਇਨਸਾਨਾਂ ਨੇ ਕਿੰਨੀ ਤਰੱਕੀ ਕਰ ਲਈ ਹੈ ਹਾਂ ਮਹਾਰਾਜ ਕਿੰਨੀਆਂ ਮਸ਼ੀਨਾਂ ਚੱਲਦੀਆਂ ਨੇ ਕਿਹੋ ਜਿਹੀਆਂ ਮਸ਼ੀਨਾਂ ਨੇ ਹਜ਼ਾਰਾਂ ਬੰਦਿਆਂ ਦਾ ਕੰਮ ਇਕੱਲੀਆਂ ਹੀ ਕਰੀ ਜਾਂਦੀਆਂ ਨੇ ਬੱਚੇ ਬੱਚੇ ਕੋਲ ਮੋਬਾਈਲ ਹਜ਼ਾਰਾਂ ਮੀਲ ਦੂਰ ਗੱਲ ਕਰ ਲਓ ਜਿੰਨੀ ਮਰਜ਼ੀ ਓਏ ਗੁੱਤੇ ਕੀ ਇਹ ਫੋਨ ਆਪਣੇ ਸਵਰਗਾਂ 'ਚ ਨਹੀਂ ਲੱਗ ਸਕਦੇ ਪਰ ਮਹਾਰਾਜ ਭੋਲਾ ਕਹਿੰਦਾ ਸੀ ਪਹਿਲਾਂ ਉੱਥੇ ਟਾਵਰ ਲਾਉਣਾ ਪਊ ਨਹੀਂ ਤਾਂ ਮੋਬਾਈਲ ਰੇਸ ਨਹੀਂ ਫੜਦੇ ਇੱਥੇ ਤਾਂ ਪਿੰਡਾਂ ਵਿੱਚ ਵੀ ਰੇਸ ਬਹੁਤ ਘੱਟ ਆਉਂਦੀ ਹੈ ਲੈ ਬਾਈ ਗੁਪਤੇ ਭੈਣ ਦੇਣੇ ਦੇ ਅੱਜ ਮੈਂ ਤੈਨੂੰ ਸ਼ਾਹਰੁਖ ਖਾਨ ਦੀ ਫਿਲਮ ਦਿਖਾਉਂਗਾ ਉਹ ਚੈਸ਼ਵਰੀਆ ਰਾਏ ਵੀ ਹੈਗੀ ਆ ਹਾਂ ਹੈਗੀ ਆ ਦੇਖੀ ਤਾਂ ਸਹੀ ਕਿੰਨੇ ਨਜ਼ਾਰੇ ਆਉਣਗੇ ਗੁਸਤਾਖੀ ਲਈ ਸ਼ਮਾ ਕਰਨਾ ਮਹਾਰਾਜ ਰਾਤ ਮੈਨੂੰ ਤਾਂ ਭੋਲੇ ਨੇ ਅੰਗਰੇਜ਼ੀ ਫਿਲਮ ਦਿਖਾ ਦਿੱਤੀ ਦਿਲ ਮੰਗੇ ਮੋਰ ਰੋਡੂ ਤੂੰ ਅੱਜ ਮੇਰੇ ਨਾਲ ਪੈ ਜੀ ਬਈ ਨਾ 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 ਮੈਂ ਨਹੀਂ ਸੌਂਦਾ ਭੈਣ ਦੇਣੇ ਦੇ ਤੂੰ ਤਾਂ ਖਰਾੜੇ ਬਹੁਤ ਮਾਰਦਾ ਮਾਰ ਮਾਰ ਕੇ ਪਾਸੇ ਮੇਰੀਆਂ ਬੱਖੀਆਂ ਬਣਤੀਆਂ ਨਾਲੇ ਤੇਰੀ ਦਾੜੀ ਬਹੁਤ ਚੁਗਦੀ ਆ ਮੇਰੇ ਹੋਰ ਯਾਰ ਕੀ ਉਲੀਆ ਬਣਾ ਰੱਖਿਆ ਇਹ ਤੇ ਕੀ ਦੱਸ ਅੰਬ ਲੱਗਦੇ ਨੇ ਕਿੰਨੀ ਭੈੜੀ ਦਾੜੀ ਆ ਇੱਕ ਗੱਲ ਕਹ ਜੇ ਮੰਨੇਗਾ ਦਾੜੀ ਕਟਾ ਦੇ ਮੇਰੇ ਚਾਚੇ ਵਾਂਗੂ ਵਧੀਆ ਬਣ ਜਾ ਓਏ ਨਹੀਂ ਯਾਰ ਮੈਨੂੰ ਇਹ ਸਰਦਾਰ ਲੋਕ ਬੜੇ ਵਧੀਆ ਲੱਗਦੇ ਨੇ ਇਸ ਲਈ ਮੈਂ ਵੀ ਸਰਦਾਰ ਬਣੂੰਗਾ ਹਾਂ ਕੱਲ ਤੂੰ ਪੱਗ ਬੰਨੀ ਤੇ ਹੁਣ ਨਾਲੇ ਤੂੰ ਧਰਮਰਾਜ ਸਿੰਘ ਮਾਨ ਆ ਲੈ ਮਾਨ ਕਿਉਂ ਬਈ ਇਨ੍ਹਾਂ ਮਾਨਾਂ ਦੀ ਪੰਜਾਬ ਵਿੱਚ ਬੜੀ ਚੜਾਈ ਆ ਦੇਖ ਗੁਰਦਾਸ ਮਾਨ ਹਰਭਜਨ ਮਾਨ ਬੱਬੂ ਮਾਨ ਤੇ ਬਾਬੂ ਸਿੰਘ ਮਾਨ ਹਾਂ ਫੇਰ ਠੀਕ ਹੈ ਬਈ ਅੱਜ ਤੋਂ ਮੇਰਾ ਨਾਮ ਹੋਇਆ ਧਰਮਰਾਜ ਸਿੰਘ ਮਾਨ ਫੇਰ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀਆਂ ਬੁੜੀਆਂ ਦਾ ਗਿੱਧਾ ਦਿਖਾਉਣੇ ਆ ਸਾਡੇ ਪਿੰਡ ਦੀਆਂ ਬੁੜੀਆਂ ਦਾ ਗਿੱਧਾ ਜਦੋਂ ਨੱਚਦੀਆਂ ਨੇ ਭੈਣ ਦਿੰਦੀਆਂ ਨੇ ਧਰਤੀ ਪੱਟ ਦਿੰਦੀਆਂ ਨੇ ਅੱਛਾ ਤੇ ਆਉਣ ਦੀ ਖੁਸ਼ੀ ਵਿੱਚ ਅੱਜ ਗਿੱਧਾ ਪਾ ਰਹੀਆਂ ਨੇ ਕਿਆ ਬਾਤ ਹੈ ਚਮੁੰਡਾ ਮਹਾਰਾਜ ਜੀ ਗਾਰੀ ਵਰਸੀ ਕੱਟਣਗੇ ਤੇ ਗਾਰੀ ਵਰਸੀ ਕੱਟਣਗੇ ਤੇ ਕੱਟੇ ਦੇਂਦਾ ਤਾਰ ਭਾਗਾਂ ਬਾਇਆ ਦੇ ਧਰਮਰਾਜ ਕਰਿਆ ਹੈ 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 ਮੇਰੀਏ ਨੀ ਤੈਨੂੰ ਮੇਰ ਲੱਗੇ ਉੱਪਰ ਲੱਗੇ ਗੜਾਉਂਦੇ ਨੀ ਤੈਨ ਛੜੇ ਦਖਾਮ ਫੁੱਕੇ ਲੈਲੇ ਸੌਂਦੇ 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 ਨੀ ਤੈਨ ਛੜੇ ਦਖਾਮ ਫੁੱਕੇ ਲੈਲੇ ਸੌਂਦੇ
ਵੇ ਗੁਰ ਦਿੱਤੇ ਦੇ ਪਾਈਆ ਹਾਂਜੀ ਵੇ ਮੇਰੇ ਪੀੜ ਕਲੇਜੇ ਹਾਂਜੀ ਵੇ ਮੈਂ ਮਰਦੀ ਜਾਂਦੀ ਹਾਂਜੀ ਵੇ ਦੋ ਖੱਟੇ ਲਿਆ ਦੇ ਹਾਂਜੀ ਵੇ ਦੋ ਮਿੱਠੇ ਲਿਆ ਦੇ ਹਾਂਜੀ ਵੇ ਤੇਰੀ ਸਰ ਜੈ ਹਾਂਜੀ 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 ਗੱਤੀਆ ਨੂੰ ਬੁਲਿਆ ਦੇ ਦੇ ਮੇਰੇ ਪੀੜ ਕਲੇਜੇ ਪੀੜ ਗੱਤੀਆ ਨੂੰ ਬੁਲਿਆ ਦੇ ਦੇ ਮੇਰੇ ਪੀੜ ਕਲੇਜੇ ਪੀੜ ਗੱਤੀਆ ਨੂੰ ਬੁਲਿਆ ਦੇ ਦੇ ਮੇਰੇ ਪੀੜ ਕਲੇਜੇ ਪੀੜ ਗੱਤੀਆ ਨੂੰ ਬੁਲਿਆ ਦੇ ਦੇ ਨੀਲਵਾ ਦੇ ਬੁੜੇ ਬੜੇ ਸ਼ਕੀਨੀ ਲਵਾ ਦੇ ਬੁੜੇ ਬੜੇ ਸ਼ਕੀਨੀ ਡਾਂਗਾਂ ਰੱਖਦੇ ਖੜੀਆਂ ਨੀ ਮਾੜੀ ਤਿੜੀ ਨਾਲ ਗੱਲ ਨਾ ਕਰਦੇ ਵਿਆਹ ਕਿਸ ਲਿਆਉਂਦੇ ਪਰੀਆਂ ਵੇਲਾਂ ਧਰਮ ਦੀਆਂ ਬੜੀ ਬਾਰੀ ਬਰਸੀ ਖੱਟਣ ਗਿਆ ਸੀ ਓਏ ਚਿੱਤਰਗੁਪਤ ਕੀ ਖੱਟ ਲਿਆਂਦਾ ਬਈ ਮਹਾਰਾਜ ਖੱਟ ਕੇ ਲਿਆਂਦੀਆਂ ਫੌਜਾਂ ਓ ਬੱਲੇ ਫੌਜਾਂ ਧਰਤੀ ਵਰਗੀ ਬਈ ਹੋਰ ਕਿਤੇ ਨਾ ਮੌਜਾਂ ਧਰਤੀ ਵਰਗੀਆਂ 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 ਬਈ ਦੱਸਿਆ ਨੀ ਵੀ ਮਾਰਿਆ ਕਿਹਨੇ ਉਹਨੂੰ ਕੋਈ ਲੜੂ ਬੰਦਾ ਹੀ ਮਾਰ ਸਕਦਾ ਹੈ ਮੱਛਰ ਬਦਮਾਸ਼ ਨੇ ਮਾਰਿਆ ਹਾਏ ਹਾਏ ਮੱਛਰ ਬਦਮਾਸ਼ ਪੜਾਉਣ ਚ ਤਾਂ ਉਹਨੂੰ ਮੈਂ ਵੀ ਵਿੱਚ ਤੀ ਮੈਂ ਤਾਂ ਜਾਂਦੀ ਬਈ ਹਾਏ ਹਾਏ ਓ ਲੈ ਬਈ ਕੈਲੇ ਬੁੜਿਆ ਓ ਹੁਣ ਮੇਰੀ ਵਾਰੀ ਹੈ ਓ ਮੁੰਡਿਆ ਓ ਭੋਲਾ ਕਿੱਥੇ ਹੈ ਉਹਦਾ ਸ਼ਿਮਲੇ ਗਿਆ ਹੋਇਆ ਧਰਮਰਾਜ ਨੂੰ ਘੁਮਾਉਣ ਵਾਸਤੇ ਓ ਧਰਮਰਾਜ ਨੂੰ ਛੇਤੀ ਬੁਲਾ ਲਓ ਉਹ ਚ ਬਥੇਰੀਆਂ ਸ਼ਕਤੀਆਂ ਨੇ ਜੇ ਧਰਮਰਾਜ ਆ ਗਿਆ ਹੋਰ ਨਾ ਗੰਡੇ ਗਲ ਜਾਣ ਤੂੰ ਛੇਤੀ ਦਾ ਕਰਾਂ ਪਰ ਵੱਡਾ ਇਹਦਾ ਪਹਾੜ ਉਹਦਾ ਚਾਚਾ ਸ਼ਿਮਲੇ ਨੇ
ਓਏ ਆਉਣ ਨੂੰ 3-4 ਦਿਨ ਲੱਗ ਜਾਣਗੇ। ਉਹ ਜੇ ਪੁਲਿਸ ਕੇਸ ਬਣ ਗਿਆ ਬੰਨੀ ਦੇ ਮਰ ਜਾਓਗੇ। ਉਹ ਇਹਦਾ ਛੇਤੀ ਦਾ ਸੰਸਕਾਰ ਕਰੋ, ਪੋਸਟਮਾਰਟਮ ਕਰਕੇ ਡਾਕਟਰ ਬਹੁਤ ਪੈਸਾ ਭਾਲਦੇ ਨੇ, ਉਹ ਨਾਲੇ ਲਾਸ਼ ਦੀ ਬੇਅਦਬੀ ਹੁੰਦੀ ਹੈ। ਹਾਂ ਚਾਚਾ, ਕਿਤੇ ਹੋਰ ਨਾ ਡਾਕਟਰ ਮੇਰੇ ਪਿਓ ਦਾ ਕੀਮਤੀ ਸਮਾਨ ਕੱਢ ਲੈਣ। ਓਏ ਹੋਰ ਭਤੀਜਾ, ਉਹ ਨਾਲੇ ਸੂਏ ਨਾਲ ਸਿਉਂਕੇ ਫੜਾ ਦਿੰਦੇ ਨੇ ਲਾਸ਼ ਨੂੰ। ਓਏ ਐਂ ਕਰੋ ਮੁੰਡੇ, ਚੱਕੋ ਇਹਨੂੰ ਛੇਤੀ ਨਿਭਾ ਲਓ, ਦੇਰੀ ਨਾ ਕਰੋ ਨਾਲੇ। ਉਹ ਨਿਭਾਉਣ ਦੀ ਕੀ ਲੋੜ ਹੈ ਚਾਚਾ, ਨਹਾਉਂਦਾ ਹੀ ਮਰਿਆ। ਹਾਏ ਬਾਪੂ, ਹਾਏ ਭੋਲਿਆ। ਉਹ ਕੋਈ ਗੱਲ ਨੀ ਮੁੰਡਿਆ, ਤੂੰ ਹੌਸਲਾ ਰੱਖ, ਰੱਬ ਦੇ ਪਹਾੜੀ ਨੂੰ ਮੰਨ, ਜਿਹੜਾ ਕੁਛ ਕਰਦਾ ਠੀਕ ਕਰਦਾ। ਚਲੋ ਚੱਕੋ ਇਹਨੂੰ, ਸੰਸਕਾਰ ਦੀਆਂ ਤਿਆਰੀਆਂ ਕਰੋ। ਚੱਲ ਰੋ ਨਾ, ਬਸ ਕਰ। ਦੇਖਿਆ ਮਹਾਰਾਜ, ਉੱਥੇ ਕਿੰਨੀ ਠੰਡ, ਬਰਫ ਹੀ ਬਰਫ, ਇੱਥੇ ਕਿੰਨੀ ਗਰਮੀ ਹੈ। ਆ ਜਾਓ ਜੀ, ਆ ਜਾਓ, ਆ ਜਾਓ। ਓਏ ਉਹ ਤੁਸੀਂ ਐਂ ਬੈਠੇ ਹੋ ਜਿਵੇਂ ਬਾਪੂ ਮਰ ਗਿਆ ਹੁੰਦਾ। ਹਾਂ ਬੋਲੇ, ਓਏ ਬਾਪੂ ਮਰ ਗਿਆ। ਓਏ ਬਾਪੂ, ਬਸ ਬਸ, ਤੇਰੀ ਦਿਮਾਗ ਦੀ ਨਾਲੀ ਬਣ ਜੂ। ਮੱਛਰ ਬਦਮਾਸ਼ ਨੇ ਗੋਲੀ ਮਾਰੀ ਪੁਲਪੜੀ ਚ, ਨਹਾਉਂਦੇ ਨੂੰ ਬਾਹਰ ਲੈ ਗਿਆ, ਸਾਥਲ ਚ ਜਾ ਕੇ ਮਾਰਤਾ, ਬਸ ਇੱਕ ਗੋਲੀ ਨਾਲ ਹੀ ਮਰ ਗਿਆ। ਮਹਾਰਾਜ, ਉਹਦੀ ਮੌਤ ਇਸੇ ਤਰ੍ਹਾਂ ਲਿਖੀ ਸੀ। ਮਹਾਰਾਜ, ਸਾਨੂੰ ਸਾਡਾ ਬਾਪੂ ਚਾਹੀਦਾ। ਬੱਚਾ, ਉਹ ਹੁਣ ਮਰ ਚੁੱਕਾ ਹੈ, ਇੱਥੇ ਮਰਨ ਵਾਲੇ ਕਦੇ ਵਾਪਸ ਨਹੀਂ ਆਉਂਦੇ। ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਤੁਸੀਂ ਚਾਹੇ ਰੱਖ ਸਕਦੇ ਹੋ ਮਹਾਰਾਜ, ਤੁਸੀਂ ਚਾਹੇ ਮਾਰ ਸਕਦੇ ਹੋ। ਨਹੀਂ ਬੱਚਾ, ਜੋ ਕੁਝ ਲਿਖਿਆ ਉਹੀ ਹੁੰਦਾ। ਸਾਨੂੰ ਨੀ ਪਤਾ ਤੁਹਾਡੇ ਤੋਂ ਲੈਣਾ ਸਾਡਾ ਬਾਪੂ, ਭੈਣ ਤੇਰੇ ਤੋਂ ਕਿੰਨੀ ਆੜੀ ਆ ਆਪਣੀ। ਓਏ ਛੱਡ ਰੋਡੂ, ਕਾਹਨੂੰ ਯਾਰ ਇਹਨਾਂ ਦਾ ਟਾਈਮ ਖਰਾਬ ਕਰਦੇ ਹੋ, ਵਿਚਾਰੇ ਥੱਕੇ ਹੋਏ ਨੇ। ਅਸੀਂ ਉਹਨਾਂ ਚਿਰ ਅੰਨ ਪਾਣੀ ਮੂੰਹ ਨਹੀਂ ਲਾਉਂਦੇ ਜਿੰਨਾ ਚਿਰ ਸਾਡਾ ਬਾਬਾ। ਇਹ ਸਾਡੇ ਦੋਨਾਂ ਦਾ ਆਖਰੀ ਫੈਸਲਾ। ਪਰ ਪੁੱਤਰ, ਉਹਦਾ ਸਰੀਰ ਚੱਲ ਚੁੱਕਾ ਹੈ, ਪਰ ਹਾਂ, ਆਤਮਾ ਕਿਸੇ ਹੋਰ ਚ ਪ੍ਰਵੇਸ਼ ਕਰ ਸਕਦੀ ਹੈ। ਓਏ ਚਿੱਤਰਕੁਰ, ਚੁੱਪ ਕਰ ਜਾ, ਉੱਪਰ ਦੀਆਂ ਗੱਲਾਂ ਥੱਲੇ ਨਹੀਂ ਦੱਸੀਆਂ ਹੁੰਦੀਆਂ। ਸੌਰੀ ਮਹਾਰਾਜ, ਸਾਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰੋ, ਸਾਡਾ ਬਾਪੂ ਚਾਹੀਦਾ। ਨਾ ਪੁੱਤਰ, ਰਹਿਣ ਦੇ, ਉਹਦੀ ਜਿੰਨੀ ਲਿਖੀ ਤੀ ਓਨੀ ਉਹਨੇ ਭੋਗ ਲਈ। ਚੁੱਪ ਕਰ ਪਾਪੇ, ਮੈਂ ਵੀ ਤਾਂ ਇੱਕ ਦਿਨ ਬੁੜਾ ਹੋਣਾ। ਅਸੀਂ ਫਿਰ ਜਿਉਂਗੇ, ਕੀ ਕਰਾਂਗੇ। ਮਹਾਰਾਜ, ਬੱਚੇ ਜਿੱਦ ਕਰਦੇ ਨੇ, ਮੰਨ ਲਓ। ਚਿੱਤਰਗੁਪਤ, ਫਿਰ ਕੋਈ ਐਸਾ ਪ੍ਰਾਣੀ ਦੇਖ ਜਿਹਦੇ ਵਿੱਚ ਕੱਲੇ ਬੁੜੇ ਦੀ ਆਤਮਾ ਪਾ ਸਕੀਏ। ਹਾਂ ਮਹਾਰਾਜ, ਕੋਈ ਜੈਂਕੀ ਜਿਹਾ ਬੰਦਾ ਦੇਖਿਓ, ਸ਼ਰੀਫ ਜਿਹਾ। ਮਹਾਰਾਜ, ਇੱਕ ਜੱਗਾ ਨਾਂ ਦਾ ਬੰਦਾ ਹੁਣੇ ਤਾਜ਼ਾ ਤਾਜ਼ਾ ਮਰਿਆ ਹੈ। ਮਹਾਰਾਜ ਦੀ ਜੈ ਹੋ। ਮਹਾਰਾਜ, ਮੈਂ ਕਿੱਥੇ ਚਲਾ ਗਿਆ ਸੀ, ਮੇਰੇ ਤਾਂ ਗੋਲੀ ਵੱਜੀ ਸੀ। ਰੋਡੂ ਪੁੱਤ, ਬਾਬਾ ਲੈ, ਇਹ ਕਿੱਥੇ ਸਾਡਾ ਬਾਬਾ? ਮੇਰੇ ਸ਼ੇਰੋ, ਆ ਜਾਓ ਮੇਰੇ ਕੋਲੇ, ਆ ਜਾਓ। ਨਹੀਂ ਮਹਾਰਾਜ, ਇਹ ਨੀ ਸਾਡਾ ਬਾਬਾ ਹੈਗਾ। ਬੱਚਾ ਲੋਕ, ਇਹਦੇ ਵਿੱਚ ਜੋ ਆਤਮਾ ਹੈ ਉਹ ਤੁਹਾਡੇ ਬਾਬੇ ਦੀ। ਮਰ ਗਈ, ਜਾਨ ਹੀ ਕੱਟ ਰਹੀ ਸੀ ਵੈਰੀਆ।
किस्मत वार वार ना तेरे नाल क्यों टकरा मरवांदी है जी परदेसिया जदों दा मैं तेनू वेखिया मैनू नींद ही नहीं आंदी हाँ भी कहना भुल गई भुख ही नहीं लगती वेख ले तेरे सामने सुख के तीला हो गई तू कितों दा रहन वाला है परलोक दा एक ही पिंड कोल है हैं तू बिल्कुल नहीं जानती मैं धर्मराज हां पर हुण मेरा नाम धर्मराज सिंह मान रख्या रोडू हुरा ने क्योंकि पंजाब च मानां दी चढ़ाई है ते हरेक बंदा अपने नाम पिछे मान लाई जांदा जी तेरा ते मेरा व्याह हो गया ना फिर ते मैं भी पचरम माननी हो जाऊंगी मैं समझा नहीं तू की चाहनी है बालके तेनू और की मेले चिंबे नू ए पुचरा दा दिल है तेरे ते पहली बार आया है हथां ते मेहंदी ला दे बाहीं चूड़ा पाके डोली विच पाके ले जा कुंज वर्गी नार नू मैं तेरी मैं तेरी सेवा करूंगी स्वामी तेरा ते मेरा व्याह नहीं हो सकता पुचरो क्यों नहीं हो सकता सोनी हां दूध वर्गा चिट्टा रंग है मेरा 125 फुल्लां जिन्ना पार है हुण तां मैं भूत प्रेत कढ़ने भी छड़ते आ भोले लोकां नूं वहमां भरमां च पाके लुटदी रही इसे करके तो छड़ी रह गई हुण तां मैं तेरी दासी हां स्वामी पर तू अपने दिल ते हथ रख के कह तैनूं मैं चंगी नहीं लगदी तू तां चंद दा टुकड़ा है सच पुछे तां इंद्र दे खाड़े दी परी लगे पर जे पतली हो जे तां रब ने तेनू मेरे वास्ते बनाया है पर बालके तेरे ते मेरे संजोग कदे नहीं मिल सकदे जद तकदीरा मिल जान दिल मिल जान फिर संजोग तो आपे ही मिल जान देने स्वामी जी मैं तेरा इंतजार 7 जन्मा तक कर सकदी हां चंगा मैं चलदा नहीं तो लोग कहणगे धर्मराज सिंह मान आशकी करदा फिरदा चंगा ਅੱਖ ਕਦੇ ਪੁੱਛ ਸਾਡਾ ਹਾਲ ਹੱਥ ਕਾਲ ਜਿਤੇ ਰੱਖ ਤੇਰੇ ਵਾਰੀ ਗੀ ਨ ਕੋਈ ਹੀਰਾ ਹੋਣ ਗੀਆਂ ਲੱਖ ਤੇਰੀ ਆਈ ਤੋਂ ਬਿਲੋ ਮੈਂ ਮਰ ਜਾਵਾਨੀ ਲੋਗੜੀ ਦਾ ਫੁੱਲ ਬਣ ਕੇ ਤੇਰੀ ਹਿੱਕ ਤੇ ਲਟਕ ਦਾ ਆਵਾਨੀ ਲੋਗੜੀ ਦਾ ਫੁੱਲ ਬਣ ਕੇ ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ ਚੱਟੀ ਮਿਲੀ ਜੱਟ ਨੂੰ ਪਤੰਗ ਵਰਗੀ ਲਾਲ ਸੂਹੀ ਜੱਟਾ ਤੇਰੀ ਪੱਗ ਵਰਗੀ ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ ਚੱਟੀ ਮਿਲੀ ਜੱਟ ਨੂੰ ਪਤੰਗ ਵਰਗੀ ਲਾਲ ਸੂਹੀ ਜੱਟਾ ਤੇਰੀ ਪੱਗ ਵਰਗੀ ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ ਇਹੋ ਇਸੇ ਕਰ ਵਸ ਰਹਿੰਦਾ ਜਾਨ ਨੂੰ ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ ਜਾਵੇ ਨਾ ਤੜਕ ਕਿਤੇ ਵੰਗ ਵਰਗੀ ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ ਹੋ
ਜਾਵੇ ਨਾ ਤੜਕ ਕਿਤੇ ਵੰਗ ਵਰਗੀ ਛੱਟੀ ਮੇਲੀ ਜੱਟ ਨੂੰ ਪਤੰਗ ਵਰਗੀ महाराज ये तो मेरे को नहीं पढ़े जा रहे। इस तरह कर दिया महाराज, किसी बुद्धिजीवी को पढ़वाने वो वेखो दो बच्चे उन्होंने को पढ़वा लें। बच्चे लोग इधर आओ, रोडू नू पढ़न दे, रोडू तू चमुंडा वाल के पढ़े। जदों दा तैनू मैंने देखिया ਸੀਂਡ ਨੀ ਆਉਂਦੀ। ਓਏ ਸੀਂਡ ਨੀ, ਮੈਨੂੰ ਨੀਂਦ ਨੀ ਆਉਂਦੀ। ਮੈਂ ਮਨ ਹੀ ਮਨ ਚ ਤੈਨੂੰ ਆਪਣਾ ਪਿਤਾ ਸਤਿਕਾਰ ਕਰ ਲਿਆ ਹਾਂ। ਓਏ ਪਿਤਾ ਨੀ, ਪਤੀ ਸਤਿਕਾਰ ਕਰ ਲਿਆ ਹੈ। ਬੇਸ਼ੱਕ ਮੇਰੇ ਤੋਂ ਹਜ਼ਾਰਾਂ ਮੁੰਡੇ ਮਰ ਗਏ ਹਨ, ਪਰ ਮੈਂ ਤੇਰੇ ਤੇ ਸੜਦੀ ਹਾਂ। ਬੇਸ਼ੱਕ ਮੇਰੇ ਤੇ ਹਜ਼ਾਰਾਂ ਮੁੰਡੇ ਮਰਦੇ ਨੇ, ਪਰ ਮੈਂ ਤੇਰੇ ਤੇ ਮਰਦੀ ਹਾਂ। ਅੱਛਾ, ਮੇਰੇ ਤੇ ਮਰਦੀ ਹੈ? ਚਮੁੰਡਾ ਰਿੰਗ ਨਾ ਓਏ, ਤੁਸੀਂ ਬਹੁਤ ਕਮੀਨੇ ਆਦਮੀ ਹੋ। ਓਏ ਕਮੀਨੇ ਨਹੀਂ, ਤੁਸੀਂ ਬਹੁਤ ਸ਼ਕੀਨ ਆਦਮੀ ਹੋ। ਮੈਨੂੰ ਤੁਹਾਡੀਆਂ ਪੁੱਛਾਂ ਬਹੁਤ ਵਧੀਆ ਲੱਗਦੀਆਂ ਨੇ। ਪੁੱਛਾਂ ਨਹੀਂ, ਮੁੱਛਾਂ ਮੁੱਛਾਂ। ਤੇਰੇ ਪਿਆਰ ਨੇ ਮੈਨੂੰ ਕਸਾਈ ਕਰ ਦਿੱਤਾ ਹੈ। ਓਏ ਕਸਾਈ ਕਰਨੀ, ਸਦਾਈ ਬਣਾ ਦਿੱਤਾ ਹੈ। ਮੈਂ ਤੈਨੂੰ ਮੇਣੇ ਦੇਣਾ ਚਾਹੁੰਦੀ ਹਾਂ। ਮੇਣੇ ਨਹੀਂ, ਤੈਨੂੰ ਮੈਂ ਮਿਲਣਾ ਚਾਹੁੰਦੀ ਹਾਂ। ਮੈਂ ਤੈਨੂੰ ਇਲੂ ਇਲੂ ਕਰਦੀ ਹਾਂ। ਇਲੂ ਇਲੂ ਕਿਆ ਹੈ? ਇਲੂ ਕਾ ਮਤਲਬ ਆਈ ਲਵ ਯੂ। ਤੇਰੇ ਖਚਰੂ। ਓਏ ਤੇਰੀ ਪੁਚਰੋ, ਖਚਰੋ ਨੀ। ਓ ਬਾਵੀ ਧਰਮੂ, ਬੜੀ ਮੇਥੀ ਮਾਰੀ ਆ, ਪੀਸੀਆ ਤਰਬੂਜ ਤੋੜਿਆ, ਬਹੁਤ ਘੈਂਟ ਪੁਰਜਾ ਟਗਾਇਆ। ਵਿਆਹ ਕਰਾ ਲੈ, ਕਿਤੇ ਮੇਰਾ ਬਾਪੂ ਨਾ ਮੇਥੀ ਮਾਰ ਜੇ, ਫਿਰ ਝਾਕੇਗਾ ਜਿਵੇਂ ਧੁੰਦ ਚੋ ਗਲਾ ਝਾਕਦਾ ਹੁੰਦਾ। ਬਾਬੇ ਵਾਲੇ ਬਾਬੇ ਨੇ ਤਿੰਨ ਵਿਆਹ ਕਰਾਏ ਨੇ। ਓਏ ਤੂੰ ਤਾਂ ਮਾਂ ਦੇ ਆ ਪੁੱਤਾ ਛੜਾ ਹੀ ਫਿਰਦਾ। ਮੈਂ ਵਿਚੋਲਾ ਬਣ ਜਾਣਾ। ਸੁਣ ਹੋ ਗਿਆ, ਕੀ ਹੋ ਗਿਆ ਭੈਣ ਦੇਣੇ ਦਿਆ? ਗੱਲ ਤੇਰੇ ਕੋਲ ਰਹੇ ਕਿਸੇ ਹੋਰ ਨੂੰ ਨਾ ਦੱਸ, ਕਿਸੇ ਹੋਰ ਨੂੰ ਨਾ ਦੱਸ, ਤਾਰੇ ਦੂਰ ਨੂੰ ਨਾ ਦੱਸ, ਨਾਲੇ ਆਉਣ ਦੇ ਕੋਲੇ ਤੋਂ ਤੈਨੂੰ ਕੀ ਪੈਣ ਜਾ। ਮੇਰੇ ਉੱਠਣ ਕਲੇ ਦੇ ਵਿੱਚ ਤੂਤ ਤੂਤੀਆਂ, ਮੈਂ ਕੋਈ ਕਜੀਆ ਪੈਣ ਤੋਂ ਵੀ ਡਰਦਾ। ਤੁਝ ਪਤਾ ਵੀ ਤਾਂ ਲੱਗੇ ਤੇਰੇ ਦਿਲ ਵਿੱਚ ਕੀ, ਕੁੜੀ ਵੇਖ ਕੇ ਕੋਰੜੇ ਚੰਦ ਵਰਗੀ, ਤੇਰਾ ਪਿਆਰ ਕਰਨ ਨੂੰ ਜੀ ਕਰਦਾ। ਦਾਰੂ ਪੀਣੀ, ਛਿੱਤਰ ਖਾਣੇ, ਸਾਡੇ ਪਾ ਦੀ ਹਾਸੀ,
ਆਟਾ ਨਹੀਂ ਪੜੋਲੇ ਚੂਹੇ ਲੈਂਦੇ ਫਿਰਨ ਤਲਾਸ਼ੀ ਲੈ ਯਾਰ ਤੂੰ ਵੀ ਲਾ ਲੈ ਧਰਮ ਸਿਆਂ ਬਾਈ ਲਾ ਕੇ ਤਾਂ ਦੇਖ ਕੰਧਾਂ ਵੀ ਭਰਜਾਈਆਂ ਲੱਗਣਗੀਆਂ ਕੰਧਾਂ ਚਮੁੰਡਾ ਤੇਰਾ ਮੁੰਡਾ ਲੋਟਣ ਆਇਆ ਓਏ ਕੀ ਬਕ ਰਿਹਾ ਤੂੰ ਦੇਵਤਾ ਲੋਕ ਨੀ ਪੀਂਦੇ ਇਹ ਤਾਂ ਰਾਕਸ਼ ਲੋਕ ਪੀਂਦੇ ਨੇ ਜਾਂ ਫਿਰ ਤੁਸੀਂ ਜੱਟ ਪੀਨੇ ਹੋ ਤੂੰ ਪੀ ਲੈ ਤੂੰ ਕਿਹੜਾ ਗਾਂ ਦੀ ਸਲਮਾਨ ਖਾਨ ਹੈ ਤੂੰ ਵੀ ਰਾਕਸ਼ੀ ਹੈ ਓਏ ਪਾਪੀ ਲੋਕ ਤੁਸੀਂ ਮੈਨੂੰ ਰਾਕਸ਼ ਕਹਿੰਦੇ ਹੋ ਅਸੀਂ ਕਿੱਥੇ ਕਹਿੰਦੇ ਯਾਰ ਪੀਤੀ ਚ ਕਿਹਾ ਜਾਂਦਾ ਨਾਲੇ ਪੀਤੀ ਚ ਤਾਂ ਬਾਈ ਮਾਫ ਹੁੰਦਾ ਇਹ ਮੇਰੇ ਸਾਰੇ ਦੀ ਅੰਦਰ ਗਈ ਨੀ ਤੇ ਬੰਦੇ ਨੂੰ ਨਜ਼ਾਰੇ ਆਵੇ ਨੀ ਉਹ ਲੈ ਮੈਨੂੰ ਪਾ ਦੇ ਬਾਈ ਤੈਨੂੰ ਤਾਂ ਸਭ ਵਧੀਆ ਵਧੀਆ ਲੱਗਦਾ ਬਾਈ ਧਰਮੂ ਉਹ ਧਰਮ ਸਿਆ ਬਾਈ ਮੁੱਸਾ ਹੋਣ ਤਾਂ ਤੇਰੇ ਵਰਗੀਆਂ ਹੋਣ ਵਰਨਾ ਹੋਣੀ ਨਾ ਯਾਰ ਉਹ ਬਾਈ ਕਈ ਬੰਦਿਆਂ ਦੀ ਮੁੱਛ ਦਾ ਕਰੋੜ ਮੁੱਲ ਹੁੰਦਾ ਕਰੋੜ ਜਿਵੇਂ ਆਪਣੇ ਧਰਮ ਬਾਈ ਦੀ ਦਾ ਕਈ ਮਰਦਾਂ ਦੀ ਮੁੱਛ ਭਸਮ ਹੁੰਦੀ ਹੈ ਜਿਵੇਂ ਮੇਰੀ ਹੈ ਓਏ ਤਾਂ ਹੀ ਤਾਂ ਗੀਤ ਬਣਦੇ ਨੇ ਮੇਰੀ ਮੁੱਛ ਦੇ ਅਖੇ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਦੇਖ ਧਰਮ ਤੂੰ ਸਾਡਾ ਬਾਈ ਅਸੀਂ ਤੇਰੇ ਬਾਈ ਤੇਰਾ ਨਾਂ ਸੁਣ ਕੇ ਲੋਕਾਂ ਦਾ ਮੂਤ ਨਿਕਲ ਜਾਂਦਾ ਅਸੀਂ ਤਾਂ ਤੋਂ ਡਰਦੇ ਨੀ ਕਿਉਂਕਿ ਤੂੰ ਸਾਡਾ ਪੱਗਵਟ ਭਰਾ ਹੈ ਬਾਈ ਬਾਈ ਜਦੋਂ ਤੂੰ ਚਲਾ ਗਿਆ ਸਾਡਾ ਸੀ ਨੀ ਲੱਗਣਾ ਇਹੋ ਜੀ ਲਿਹਾਜ਼ ਕਿਸੇ ਹੋਰ ਨਾਲ ਪਾਈ ਹੋਏ ਤੈਨੂੰ ਮੇਰੇ ਨਾਲ ਹੀ ਜਾਣਾ ਪੈਣਾ ਸਰੀਰ ਚ ਆਤਮਾ ਪਾਤੀ ਫਿਰ ਐ ਕਿਵੇਂ ਮੈਂ ਨੀ ਜਾਂਦਾ ਜੁੰਦਾ ਦੁਬਾਰਾ ਫਿਰ ਆਤਮਾ ਕਿਵੇਂ ਨਿਕਲੂ ਆਤਮਾ ਤਾਂ ਮੈਂ ਬਿੰਦ ਚ ਕੱਢ ਲੂ ਇੱਕ ਦੋ ਦਿਨ ਤੱਕ ਆਪਾਂ ਨੇ ਚੱਲਣਾ ਐਸ਼ ਕਰ ਲੈ ਖਾ ਪੀ ਮੌਜਾਂ ਕਰ ਲੈ ਜਿਹਨੂੰ ਮਿਲਣਾ ਮਿਲ ਲੈ ਹੁਣ ਬਾਈ ਜਿਵੇਂ ਧਰਮੂ ਕਹਿੰਦਾ ਠੀਕ ਹੈ ਉਹ ਕੀ ਠੀਕ ਹੈ ਓ ਤੂੰ ਮੇਰੇ ਚੋਂ ਜਾਨ ਕੱਢੇਗਾ ਓ ਯਾਰ ਮਾਰ ਕਰੇਗਾ ਓ ਮੈਂ ਤਾਂ ਆਪਦੇ ਬੱਚਿਆਂ ਚ ਰਹੂ ਮੇਰਾ ਦੁਨੀਆ ਛੱਡਣ ਨੂੰ ਜੀ ਨੀ ਕਰਦਾ ਸੁਰਗਾ ਚ ਮੈਂ ਤੋਂ ਰਿਹਾ ਨੀ ਜਾਣਾ ਆ ਮੇਰਾ ਲਛਮਣ ਵਰਗਾ ਭਰਾ ਛੱਡੂਗਾ ਮੈਂ ਓਏ ਓਏ ਸੀਤਾ ਵਰਗੀ ਘਰ ਵਾਲੀ ਛੱਡੂ ਓਏ ਦਸ਼ਰਥ ਵਰਗਾ ਪਿਓ ਛੱਡੂਗਾ ਮੈਂ ਓਏ ਓਏ ਨਿੱਕੇ ਨਿੱਕੇ ਮਸੂਮਾਂ ਦਾ ਕੀ ਬਣੂਗਾ ਮੇਰੇ ਬਿਨਾ ਮੇਰੇ ਪਿਓ ਦੀ ਸੇਵਾ ਕੌਣ ਕਰੂਗਾ ਮੇਰੀ ਧੀ ਵੀ ਭੱਜ ਜੂ ਚੱਕੋ ਮਹਾਰਾਜ ਚੱਕੋ ਇਹਨੂੰ ਇਹ ਤਾਂ ਸਾਲਾ ਹੋ ਗਿਆ ਸ਼ਰਾਬੀ ਚਲੋ ਇਹਨੂੰ ਘਰੇ ਲੈ ਕੇ ਚੱਲੀਏ ਜੀ ਹੁਣ ਧਰਮੂ ਹੱਥੋਂ ਪਾਈ ਨਾ ਕਰੀ ਮੈਂ ਆਪੇ ਵਗ ਜੂ ਆਪੇ ਵਗ ਜੂ ਮੈਂ ਓਏ ਚੁੱਪ ਕਰਕੇ ਬਹਿ ਜਾ ਚੱਲ ਘਰ ਜਾਨਾ ਬਾਈ ਜਾਨਾ ਗੱਲ ਹੋ ਗਈ ਰੋਡੂ ਅੱਜ ਸਕੂਲ ਨਹੀਂ ਆਣਾ ਕੱਲ ਯਾਰ ਸਾਡਾ ਭਾਰ ਤੋਲਿਆ ਸੀ ਉਹ ਫੇਰ ਕੀ ਹੋ ਗਿਆ ਮੈਨੂੰ ਸ਼ੱਕ ਹੈ ਕਿਤੇ ਭੈਣ ਦੇ ਨੇ ਮਾਸਟਰ ਵੇਚ ਨਾ ਦੇਣ ਨਹੀਂ ਓਏ ਉਹ ਤਾਂ ਡਾਕਟਰ ਚੈੱਕ ਕਰਨ ਆਏ ਸੀ ਯਾਰ ਆ ਸਵਾਲ ਆਉਂਦੇ ਹੀ ਨਹੀਂ ਕੀ ਓਏ ਆਪਰੇਸ਼ਨ ਕਰਨ ਵੇਲੇ ਡਾਕਟਰ ਮਰੀਜ਼ ਨੂੰ ਬੇਹੋਸ਼ ਕਿਉਂ ਕਰਦੇ ਨੇ ਓਏ ਇਸ ਲਈ ਕਿ ਮਰੀਜ਼ ਆਪਰੇਸ਼ਨ ਕਰਨਾ ਹੀ ਨਾ ਸਿੱਖ ਜਾਣ ਓਏ 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 ਸਕੂਲ ਵਗ ਜਾ ਸਾਲੀ ਗੰਦੀ ਲਾ ਦੋ ਧੋ ਕੇ ਜੰਮ ਲੈਂਦਾ ਮੈਂ ਤਾਂ ਬਾਬਾ ਤਿਆਰ ਆ ਆ ਰੋਡੂ ਦਾ ਹੀ ਮੂਡ ਖਰਾਬ ਆ ਕਿਉਂ ਕੀ ਹੋਇਆ ਉਹ ਤੇਰੇ ਮੂਡ ਨੂੰ ਰੋਡੂ ਉਹ ਤੇਰੀ ਸਭ ਤੋਂ ਵੱਡੀ ਗੰਦੀ ਲਾਜ ਜਾ ਦੇਖ ਕਿਵੇਂ ਸੁਪਨਿਆਂ 'ਚ ਪ੍ਰਦੂਸ਼ਣ ਫੈਲਾ ਰਿਹਾ Thank you.
करांगे सुबह शाम सोनिया प्यार करिया करांगे सुबह शाम सोनिया नैना तो कसूर होया दोवां नूं सरूर होए दोवे मजबूर हुण मिलिया करांगे सरयाम सोनिए प्यार करिया करांगे सुबह शाम सोनिए प्यार करिया करांगे सुबह शाम सोनिए नाम तेरा रेत के नैना चो पिला दे मैनू जाम सोनिए प्यार करिया करांगे सुबह शाम सोनिए प्यार करिया करांगे सुबह शाम सोनिए करांगे सुबह शाम सोनिया प्यार करिया करांगे सुबह शाम पुता उठ खड़ देख साला सपने च की लुचपने करता है ओए करता नजारा खराब ओए देख जुत्ती मार ठुड्डा मार पर मेरे सपने च ना दखल अंदाजी ना देई सैणा बैणा मुंडे खुंडे दे सपने भंग करता फिरदा है जे मारी ना डांग भज तेनु थां नहीं थौनी ए डुपली गेट जे बंदे ने अड्ड तपा ले शरीर भी बदल गया पर आदतां नहीं इहदियां बदलियां ओए सालियो कोई कम कार कर लो सौदा मुक्या पिया सेवा कर लो क्यों थोड़े कर्म माड़े ने चल ओए अपने वल्लों फुल मुकम्मल बंदिया कम करन दी कोशिश कर ले जी तू देसी घी दा पीपा जरूर लेके आई कड़ाह तां बाला ही खांदे ने कल एडी बड़ी कड़ाही भर के बनाई सी कड़ाह दी सारी खा गए और कुछ मंगवाना है ता दस नाले गल सुनो बदल भी सब्जी बनाई अब फेस ता कट कट नेगे सरना नहीं हैगा मिला दा ला आरतियां ने फड़ ली कुछ नहीं हुंदा जे सिर चढ़ भी गए पैसे ता हत्थां दी मैल ने साधु महात्मा दी सेवा ता किस्मत वालेयां नूं नसीब हुंदी है चंगा फिर मैं जाना तू खीर धर ली अज ओए जोड़ी जदों जवारे चढ़दी तन्नू वेख गवांडन सरदी आ चक भाभी आ साग धर दे करा मैं मक्की दे आटे दा गट्टा लेणो जाके दुकान तों कल गुप्ता अंकल कहंदे मैं ता साग खाना है फिर मैं बलबीरो के घरों लेके आई चल चंगा मैं जाना पैरी पहनी है ਭਾਗ ਸਾਡੇ ਆ ਜਾਓ ਬੈਠੋ ਜੀ ਮੈਂ ਚਾਹ ਬਣਾ ਕੇ ਲਿਆਉਣੀ ਹੈ ਬਸ ਬਸ ਬਲਕੇ ਮੈਂ ਤਾਂ ਲੰਘੀ ਜਾ ਰਹੀ ਸੀ ਮੈਂ ਸੋਚਿਆ ਸਿੰਦਰ ਨੂੰ ਮਿਲ ਜਾਵਾਂ ਪਰ ਦੀਸੀ ਬੈਬੂ ਜੀ ਨਜ਼ਰ ਨਹੀਂ ਆਉਂਦੀ ਸੀੜੀਆਂ ਖਰੀਦਣ ਗਏ ਨੇ ਜੀ ਫਿਲਮਾਂ ਦੀਆਂ ਅੱਜ ਮੈਂ ਖੀਰ ਬਣਾਉ ਉਹਨਾਂ ਨੂੰ ਕਹਿਣਾ ਮੇਰੇ ਡੇਰੇ ਤੇ ਹੀ ਰੋਟੀ ਖਾਣ ਮੈਂ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੀ ਹਾਂ ਚੰਗਾ ਕਹਿ ਦੂੰਗੀ ਜੀ ਬਾਕੀ ਉਹਨਾਂ ਦੀ ਇੱਛਾ ਨਾਲੇ ਖੀਰ ਪਤੀਲੇ ਚ ਨਾ ਬਣਾਇਓ ਦੇਗੇ ਚ ਬਣਾਇਓ ਤਾਂ ਬਾੜੇ ਖੁੱਲੇ ਨੇ ਖਾਣ ਪੀਣ ਲਈ
ਬਹੁਤ ਹੀ ਤਾਕਤ ਹੋਣੀ ਆ। ਕੱਲ ਮੱਲਣ ਕੀ ਮੈਂ ਇਸ ਖੂਹ ਚ ਡਿੱਗ ਪਈ, ਸਿੰਘਾਂ ਤੋਂ ਫੜ ਕੇ ਬਾਹਰ ਕੱਢਤੀ, ਉਹ ਵੀ ਇੱਕ ਹੱਥ ਨਾਲ। ਐਵੇਂ ਮਰ ਗਈ, ਤਾਕਤ ਲੈ। ਹੋਰ ਸੁਣ ਲਾ, ਅੱਜ ਤੜਕਿਓਂ ਗਲੀ ਚ ਟਰੱਕ ਖੜਾ ਸੀ ਬਿੱਕਰ ਉਹਨਾਂ ਦਾ, ਕਾਲੇ ਨੇ ਰੇੜਾ ਲੰਘਾਉਣਾ ਸੀ, ਖੁਰਪੇ ਨਾਲ ਟਰੱਕ ਚੱਕ ਕੇ ਦੂਈ ਗਲੀ ਚ ਧਰਤਾ। ਨਾ ਹੁਣ ਤੂੰ ਕਿਹੜੇ ਖਿਆਲਾਂ ਚ ਖੋ ਗਈ? ਕਹਿਦੀ ਅੱਜ ਰੋਟੀ ਮੇਰੇ ਘਰੇ ਖਾਣ। ਦੇਖੋ ਕਿਵੇਂ ਮੋਟਰਸਾਈਕਲ ਨੂੰ ਤੂੜੀ ਵਾਲਾ ਗੱਡਾ ਬਣਾ ਰੱਖਿਆ। ਆ ਕਿੱਥੋਂ ਜਨਾਬ ਚਲਾਣ ਇਹਨਾਂ ਦਾ? ਕਿੱਧਰ ਨੂੰ ਬੁੱਥਾ ਚੱਕੀ ਆਉਣੇ ਓਏ ਸਾਲਿਓ, ਪੰਜ ਪੰਜ ਚੜੇ ਆਉਣੇ ਹੋ? ਇਹ ਤਾਂ ਛੇ ਵੀ ਖਿੱਚ ਲੈਂਦਾ। ਅੱਛਾ, ਤੇਰੇ ਛੇ ਖਿੱਚ ਲੈਂਦਾ, ਤੇਰੇ ਪਿਓ ਦਾ ਰਾਜ ਹੈ। ਵੇਖ ਓਏ ਕਿਵੇਂ ਸਾਲਿਆਂ ਨੇ ਫੈਸ਼ਨ ਬਣਾਇਆ ਹੈ। ਚਮੁੰਡਾ ਸ਼ਾਂਤੀ ਮਹਾਰਾਜ ਸ਼ਾਂਤੀ। ਓਏ ਗੁਪਤੇ, ਇਹ ਪਾਪੀ ਪੁਰਸ਼ ਮੇਰੀ ਤਾਰੀਫ ਕਰ ਰਿਹਾ ਇੱਕ ਬੇਇੱਜ਼ਤੀ। ਮੈਨੂੰ ਲੱਗ ਰਿਹਾ ਮਹਾਰਾਜ ਇਹ ਤੁਹਾਡੀ ਬੇਇੱਜ਼ਤੀ ਕਰ ਰਿਹਾ। ਇਹ ਬਹੁਤ ਹੀ ਘਟੀਆ ਕਿਸਮ ਦਾ ਇਨਸਾਨ ਹੈ, ਰਿਸ਼ਵਤ ਖੋਰ, ਗਨਗੋਰ ਪਾਪ ਮਹਾਰਾਜ, ਗਨਗੋਰ ਪਾਪ। ਉਹ ਨਾ ਜਨਾਬ, ਉਹ ਜਨਾਬ, ਜਨਾਬ ਮਾਫੀ ਦੇ ਦਿਓ ਜੀ, ਅੱਗੇ ਤੋਂ ਨਹੀਂ ਚੜ੍ਹਦੇ ਜੀ, ਨਾਲੇ ਤਾਂ ਸਾਡੇ ਪ੍ਰਾਹੁਣੇ ਨੇ ਜੀ, ਸਾਡੇ ਗੈਸਟ ਆਏ ਹੋਏ ਨੇ ਜੀ। ਤਾਂ ਕੱਟੋ ਇਹਨਾਂ ਦੇ ਚਲਾਣ, ਤੇ ਤੂੰ ਮੈਨੂੰ ਲਸੰਸ ਵਿਖਾ ਓਏ। ਚਮੁੰਡਾ, ਇਹ ਪਾਪੀ ਪੁਰਸ਼ ਕੀ ਮੰਗ ਰਿਹਾ ਹੈ? ਮਹਾਰਾਜ ਇਹ ਕੋਈ ਵਸਤੂ ਮੰਗ ਰਿਹਾ ਹੈ। ਉਹ ਜਨਾਬ ਮਾਫੀ ਦੇ ਦਿਓ ਜੀ। ਦੇ ਦਿਓ ਤੁਹਾਨੂੰ ਮਾਫੀ, ਕੰਮ ਜੇ ਬੜੇ ਚੰਗੇ ਕਰਦੇ ਪਏ ਹੋ, ਮਾਫੀ ਦੇ ਦਿਓ। ਨਾ ਤੁਹਾਡੇ ਕੋਲ ਕਾਗਜ਼ ਹੈ, ਨਾ ਤੁਹਾਡੇ ਕੋਲ ਲਸੰਸ ਹੈ, ਲੈ ਜਾਓ ਇਹਨਾਂ ਨੂੰ ਥਾਣੇ, ਚੰਗੀ ਤਰ੍ਹਾਂ ਜਾ ਕੇ ਕਰੋ ਇਹਨਾਂ ਦੀ ਸੇਵਾ, ਦੇ ਦਿਓ ਇਹਨਾਂ ਨੂੰ ਮਾਫੀ। ਰੋਡੂ, ਥਾਣੇ ਲਿਜਾ ਕੇ ਸੇਵਾ ਹੋਵੇਗੀ? ਯਾਨੀ ਕਿ ਮਹਾਰਾਜ ਖੀਰ ਪ੍ਰਸਾਦ ਮਿਲੇਗਾ, ਖੀਰ ਪ੍ਰਸਾਦ। ਭੈਣ ਤੇਰੇ ਤੇ ਇਹ ਦੂਜੀ ਸੇਵਾ ਕਹਿੰਦੇ ਨੇ। ਅੱਛਾ ਅੱਛਾ, ਮਹਾਰਾਜ ਮੈਨੂੰ ਲੱਗਦਾ ਇਹ ਮਾਸਾਹਾਰੀ ਬੰਦੇ ਨੇ। ਓਏ ਇਹ ਚਿੱਤੜਾਂ ਤੇ ਪਪਟੇ ਲਾਉਣਗੇ। ਅੱਛਾ, ਮੈਂ ਦੇ ਕੇ ਕੰਮ ਨਵੇੜ, ਇਹ ਮਰਵਾ ਦੇਣਗੇ। ਕੀ ਕੁਸਰ ਮੁਸਰ ਕਰੀ ਜਾਂਦੇ ਓਏ? ਓ ਜਨਾਬ ਤੁਸੀਂ ਗੱਲ ਤਾਂ ਸੁਣੋ ਜੀ, ਤੁਸੀਂ ਐਂ ਕਰੋ, ਆ ਲਓ ਚਾਹ ਪਾਣੀ ਤੇ ਸਾਨੂੰ ਜਾਣ ਦਿਓ ਜੀ। ਕੀ ਕਰੀ ਜਾਣ ਡਿਆ ਤੂੰ? ਰੁਪਈਆ ਸੌ ਜਣੇ ਪੰਜ ਤੇ ਰੁਪਈਆ ਸੌ, ਵੇਖ ਕਿੰਨੇ ਬੰਦੇ ਇਹ, ਲੈ ਜਾਓ ਫੜ ਕੇ ਹੁਣ ਥਾਣੇ, ਨਹੀਂ ਤਾਂ 500 ਰੁਪਈਆ ਲੱਗੂ। ਉਹ ਤੁਸੀਂ ਆ ਲਓ ਜੀ 500, ਸਾਡਾ ਖਿਹੜਾ ਛੱਡੋ। ਓਏ ਰੋਟੂ, ਇਹ ਕੀ ਕਰ ਰਿਹਾ? ਰਿਸ਼ਵਤ ਦੇ ਰਿਹਾ, ਪੈਸੇ ਲਏ ਬਿਨਾ ਨਹੀਂ ਛੱਡਦੇ ਭੈਣ ਦੇਣੇ ਦੇ ਉਰੇ। ਮਹਾਰਾਜ ਰਿਸ਼ਵਤ, ਮਹਾਪਾਪੀ ਪੁਰਸ਼, ਸ਼ੇਮ ਸ਼ੇਮ ਮਹਾਰਾਜ। ਚਮੁੰਡਾ, ਉਹ ਤੁਸੀਂ ਜੀ ਐਵੇਂ ਨਾ ਗਰਮ ਹੋ, ਇੱਥੇ ਤਾਂ ਰਿਸ਼ਵਤ ਦਿੱਤੇ ਦਿੱਤੇ ਬਿਨਾ ਕੋਈ ਕੰਮ ਨਹੀਂ ਹੁੰਦਾ, ਪੈਸੇ ਨਾਲ ਤਾਂ ਲੋਕ ਉਰੇ ਭਗਵਾਨ ਨੂੰ ਵੀ ਖਰੀਦ ਲੈਂਦੇ ਨੇ, ਉਹ ਨਾਲੇ ਇਹ ਵਿਚਾਰਾ ਰਿਸ਼ਵਤ ਲਊਗਾ ਹੀ ਜਦੋਂ ਇਹ ਆਪ ਰਿਸ਼ਵਤ ਦੇ ਕੇ ਭਰਤੀ ਹੋਇਆ ਹੋਇਆ। ਓਏ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਮੈਂ ਰਿਸ਼ਵਤ ਦੇਣ ਤੇ ਲੈਣ ਵਾਲਿਆਂ ਨਾਲ ਉੱਪਰ ਜਾ ਕੇ ਬਹੁਤ ਭੈੜੀ ਕਰਦਾ। ਜਨਾਬ ਹੁਣ ਤਾਂ ਅਸੀਂ ਤੁਹਾਡਾ ਢਿੱਡ ਭਰਤਾ ਜੀ, ਹੁਣ ਤਾਂ ਪੰਜੇ ਚੜ ਕੇ ਵਗ ਜਾਈਏ। ਉਹ ਪੰਜ ਛੱਡ ਕੇ ਛੇ ਚੜ ਜਾ ਤਾਂ ਸ਼ੇਰੋ, ਨਾਲੇ ਤੁਹਾਡਾ ਹੀ ਨਾਕਾ ਹੈ, ਆਉਂਦੇ ਜਾਂਦੇ ਰਿਹਾ ਜੇ। ਠੀਕ ਹੈ ਜੀ, ਚਲੋ ਬਈ ਚਮੁੰਡਾ। ਜੀ ਮਹਾਰਾਜ, ਮਹਾਰਾਜ ਮੇਰਾ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ, ਰੋਡੂ ਹੋਰਾਂ ਬਗੈਰ ਮੇਰਾ ਜੀ ਨਹੀਂ ਲੱਗਣਾ। ਓਏ ਜੀ ਤਾਂ ਮੇਰਾ ਵੀ ਨਹੀਂ ਕਰਦਾ ਗੁਪਤੇ, ਪਰ ਹੁਣ ਜਾਣਾ ਤਾਂ ਪੈਣਾ ਹੀ ਹੈ। ਪੁੱਛਰੋ ਵੀ ਵਿਚਾਰੀ ਅੰਦਰ ਵੜ ਕੇ ਰੋ ਰਹੀ ਹੈ ਮਹਾਰਾਜ। ਗੁਪਤੇ ਮੈਂ ਉਹਨੂੰ ਬੜਾ ਸਮਝਾਇਆ ਪਰ ਉਹ ਸਮਝਦੀ ਹੀ ਨਹੀਂ। ਲਓ ਮਹਾਰਾਜ ਤੁਹਾਡੇ ਪਸੰਦ ਦੀਆਂ ਫਿਲਮਾਂ ਜੀ। ਮਹਾਰਾਜ ਮੈਂ ਸਾਰੇ ਦੇਵੀ ਦੇਵਤਿਆਂ ਨੂੰ ਵਿਖਾਵਾਂਗਾ ਇੰਦਰ ਦੇ ਅਖਾੜੇ ਵਿੱਚ ਕਿਹੜੀਆਂ ਇਹੋ ਜਿਹੀਆਂ ਪਰੀਆਂ ਨੇ, ਜਦੋਂ ਐਸ਼ਵਰੀਆ ਰਾਏ ਦੀਆਂ ਫਿਲਮਾਂ ਵਿਖਾਈਆਂ ਸਭ ਕੁਝ ਭੁੱਲ ਜਾਣਗੇ, ਮਾਦਰੀ ਦੀ ਤਾਂ ਪੱਕਾ ਹੀ ਆਸ਼ਕ ਹੋ ਜੂ। ਆਏ ਦਿਲ ਮੰਗੇ ਮੋਰ। ਆ ਲਓ ਮਹਾਰਾਜ ਰੋਟੀ, ਰਸਤੇ ਵਿੱਚ ਭੁੱਖ ਲੱਗੂਗੀ, ਸਾਤ ਅਨੁਮਾਣਿਆਂ ਤੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਮਹਾਰਾਜ। ਬੇਟੀ ਤੇਰੇ ਹੱਥ ਦਾ ਬਣਾਇਆ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੱਖਣ, ਲੱਸੀ, ਪੁਦੀਨੇ ਦੀ ਚਟਨੀ ਸਾਨੂੰ ਕਦੇ ਨਹੀਂ ਭੁੱਲਣੀ, ਤੇ ਆ ਇੰਨੇ ਸੋਹਣੇ ਕੱਪੜੇ ਤੂੰ ਆਪਣੇ ਹੱਥੀ ਸੀਤੇ ਨੇ। ਕੀ ਗੱਲ ਭਗਤਾ, ਤੂੰ ਹਲੇ ਤੱਕ ਤਿਆਰ ਨਹੀਂ ਹੋਇਆ, ਤੂੰ ਜਾਣਾ ਨਹੀਂ? ਮੈਂ ਕੀ ਕਰੂੰਗਾ, ਨਾ ਮੇਰਾ ਜਾਏ ਬਿਨਾ ਸਰਦਾ ਨਹੀਂ, ਮੈਂ ਨਹੀਂ ਜਾਂਦਾ ਜੁੰਦਾ ਹੈਗਾ। ਵੇਖ ਧਰਤੀ ਇੱਧਰ ਤੋਂ ਉੱਧਰ ਘੁੰਮ ਸਕਦੀ ਹੈ ਪਰ ਤੈਨੂੰ ਸਾਡੇ ਨਾਲ ਜਾਣਾ ਹੀ ਪਵੇਗਾ। ਮਹਾਰਾਜ
आ खोए दिया पिनिया मैं अपने हत्थी बनाईया ने तो हनु अंब दा चार बहुत पसंद है ना आ अंब दा चार भी है असी तेरी सेवा तो बड़े प्रसन्न हुए हैं मंग तिये मंग जो मंगना है महाराज जद ती बना लिया फिर होर की मंगा तियां ता मापिया तो मंग दिया नहीं थक दिया ते मापे दिंदे नहीं थक देती है मंग महाराज औरत नू सब तो प्यारा उसका सुहाग हुंदा है भला होवे बुरा होवे उसका पति उसले रब हुंदा है मेनू मेरा सुहाग वापस कर दियो महाराज वापस कर दियो ए कदे नहीं हो सकदा तिये हे तू की मंग लिया साडे कोलों कुछ भी होवे हेनू ते साडे नाल जाना ही पैना है नहीं महाराज सलोचना भी तो अपने पति नू स्वर्गा जो वापस ले आई सी महाराज एक पति वरता औरत दा विश्वास ना तोड़ो मैं भी इत्थे आके तेरा फेरी करनी सीख गया मैं आपे कागज इधर उधर करके किसी होर दी उमरे नू ला दूं महाराज तुहाडे हाथ विच सब कुछ है जी महाराज तुसी की नहीं कर सकदे तुहाडी उपर किन्नी चलदी है भैन तने दा जना खाना तो डरदा हाँ जी महाराज तुसी तां परलोक दे मालक हो जी तुसी की नहीं कर सकदे जी इस पृथ्वी ते पैसियां दी रिश्वत चलदी है पर तुसी सारिआं ने मैनूं प्यार दी रिश्वत नाल खरीद लिया जा बेटी तू सदा सुहागण रहे चलो भी मुंडियो बेदा करिए पिंड वासियो सचमुची पिंडां च रब दा वासा इत्थे आ के देखिया किवें लोक एक दूजे दे दुख सुख बंडाउंदे ने हसी प्यार बारे कुछ नहीं सी जानदे इत्थे आ के सानू प्यार दी परिभाषा समझ आई है मैं सदा ऋणी रहांगा कहले बुढ़े दी फैमिली दा जिन्हें साडी अत्यंत सेवा कीती ते साडी धर्म दी ती सिंदर इन्हें तां दिन रात सौं के भी नहीं देखिया बस साडी सेवा च लगी रही है ए फैमिली लगदा है हुण सुधर जाएगी नहीं महाराज मैनू पता है मेरी फैमिली कदे नहीं सुधरनी हाँ कोशिश जरूर करूगी महाराज तुसी ऐं दसो एह बंदा आप दे आप नू कैला बुढ़ा समझदा ए है कौन कैला बुढ़ा तां मर चुके है उहदा कतल होया महाराज हाँ महाराज पिंड दा कोई बंदा भी एह मन नू तैयार नहीं भी मैं कैला बुढ़ा खुद मेरी गंदी लाल नहीं मानती पर हुण मन्नणगे जदों पापां दा घड़ा भर जावे तां उह डुल जांदा है इहदे पाप हुण इन्ने वध गए सन इहनूं मरना ही पैणा सी मैनूं निक्के निक्के बच्चां ने मजबूर कीता इहदे शरीर च मैनूं कैले बुढ़े दी आत्मा पौणी पई ऐ किवें हो सकदा जी इस तरह हो तां नहीं सकदा पर बच्चे रब दा रूप हुंदे ने कई बार इन्हां दी मननी पैंदी है सो यही कैला बुढ़ा है महाराज ये तां सानूं जाली जा प्यो लगदा जी मनन नूं दिल तां नहीं करदा पर थोड़ा हुक्म सिर मत्थे जी महाराज महाराज बड़ी दूर तो आई है मैं महाराज मेरा पुत्त मैनूं वापस करो महाराज मुरादा मंग मंग के लिया सी मैं पुत्त ਤੁਸੀਂ ਉਸ ਨੂੰ ਲੈ ਗਏ ਉਸ ਨੇ ਕੋਈ ਪਾਪ ਨਹੀਂ ਕੀਤਾ ਸੀ ਮਹਾਰਾਜ ਬੜਾ ਭੋਲਾ ਸੀ ਮੇਰਾ ਨਾਮ ਤੇਰੇ ਪੁੱਤਰ ਨੇ ਬੜੇ ਪਾਪ ਕੀਤੇ ਸੀ ਮਾਈ ਪਿਛਲੇ ਜਨਮ ਚ ਕੀ ਮੈਂ ਪਿਛਲੇ ਜਨਮ ਚ ਕੋਈ ਪਾਪ ਕੀਤਾ ਸੀ ਨਹੀਂ ਤੂੰ ਕੋਈ ਪਾਪ ਨਹੀਂ ਕੀਤਾ ਸੀ ਫਿਰ ਮੈਨੂੰ ਕਿਸ ਜਨਮ ਦੀ ਸਜ਼ਾ ਮਿਲ ਰਹੀ ਹੈ इस जन्म च मैं रब दा बड़ा सिमरन कीता कोई पाप नहीं कीता मैं इसे लई फिर तैनू कोई सजा नहीं मिली मई वाह जीदा कल्ला गब्बरू पुत मर जे ओ मां ना जोंदे हुंदिया ना मोया मैं ता रो रो के अन्नी हो गई मेरे बुढ़ापे दा सहारा तुसी खो लिया ਘਰ ਚ ਕੱਲਾ ਹੀ ਕਮਾਉਣ ਵਾਲਾ ਸੀ ਮੇਰਾ ਪੁੱਤ ਮੈਂ ਬੁਰਕੀ ਬੁਰਕੀ ਨੂੰ ਤਰਸ ਰਹੀ ਹਾਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ ਇਹ
ਤੇ ਕੋਈ ਸਜ਼ਾ ਨਹੀਂ ਮਹਾਰਾਜ। ਮਹਾਰਾਜ ਇਹ ਕੀ ਪਾਪ ਕੋਈ ਹੋਰ ਕਰੇ ਤੇ ਸਜ਼ਾ ਕੋਈ ਹੋਰ ਭੁਗਤੇ, ਇਹ ਕੈਸੇ ਦਸਤੂਰ ਨੇ ਤੁਹਾਡੇ? ਇਹ ਲੋਕ ਪਿਛਲੇ ਜਨਮਾਂ ਨੂੰ ਨਹੀਂ ਜਾਣਦੇ ਮਹਾਰਾਜ। ਧਰਮ ਦੇ ਨਾਂ ਤੇ ਦੰਗੇ ਕਰਾਉਣ ਵਾਲੇ ਹਜ਼ਾਰਾਂ ਜਾਨਾਂ ਲੈ ਕੇ ਵੀ ਸੁੱਖ ਦੀ ਜ਼ਿੰਦਗੀ ਬਤੀਤ ਕਰਦੇ ਨੇ, ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਜਾਂਦਾ, ਦਾਜ ਪਿੱਛੇ ਜਿਉਂਦੀਆਂ ਧੀਆਂ ਨੂੰ ਤੇਲ ਪਾ ਕੇ ਸਾੜਿਆ ਜਾਂਦਾ ਜੀ। ਮਹਾਰਾਜ ਜੋ ਇਸ ਜਨਮ ਵਿੱਚ ਪਾਪ ਕਰਦਾ ਹੈ ਉਹਦੀ ਸਜ਼ਾ ਇਸੇ ਜਨਮ 'ਚ ਮਿਲਣੀ ਚਾਹੀਦੀ ਹੈ। ਬਸ ਚੇਤਿਆ, ਬਸ ਹੁਣ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਜੋ ਮਨੁੱਖ ਪਾਪ ਕਰੇਗਾ ਉਹਦੀ ਸਜ਼ਾ ਉਹਨੂੰ ਇਸੇ ਜਨਮ 'ਚ ਮਿਲਿਆ ਕਰੇਗੀ। ਜੋ ਕਿਸੇ ਦਾ ਭਲਾ ਕਰੇਗਾ ਉਹਦਾ ਫਲ ਵੀ ਉਹਨੂੰ ਇਸੇ ਜਨਮ 'ਚ ਮਿਲਿਆ ਕਰੇਗਾ। ਪਰ ਇੱਕ ਗੱਲ ਯਾਦ ਰੱਖਿਓ, ਮਰਨਾ ਅਟਲ ਸੱਚਾਈ ਹੈ ਤੇ ਜਿਉਣਾ ਝੂਠ ਹੈ। ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜੋ ਲੋਕ ਦੂਜਿਆਂ ਦੀ ਮਦਦ ਕਰਦੇ ਨੇ। ਭੈਣ ਦੇਣੇ ਦਿਓ, ਸਾਡਾ ਜੀ ਨਹੀਂ ਲੱਗਣਾ, ਬਹੁਤ ਯਾਦ ਆਉਂਗੇ। ਡੋਂਟ ਵੈਰੀ ਬੀ ਹੈਪੀ, ਟੇਕ ਆਫ ਹੌਸਲਾ ਫੋਟੋ ਸਟੇਟ ਮਾਈ ਸਨ। ਮੇਰਾ ਵੀ ਦਿਲ ਨਹੀਂ ਲੱਗਣਾ ਤੁਹਾਡੇ ਬਿਨਾਂ। ਦੇਖਿਓ ਆੜੀਓ, ਭੁੱਲ ਨਾ ਜਾਇਓ। ਮੈਂ ਤੁਹਾਨੂੰ ਦੋਨਾਂ ਨੂੰ ਕਦੇ ਨਹੀਂ ਭੁੱਲ ਸਕਦਾ, ਕਦੇ ਨਹੀਂ ਭੁੱਲ ਸਕਦਾ। ਮਹਾਰਾਜ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦਿਓ। ਪਿੰਡ ਵਾਸੀਓ ਸਾਰੇ ਮਿਲ ਕੇ ਰਹੋ, ਏਕਤਾ ਵਿੱਚ ਬਹੁਤ ਬਰਕਤ ਹੈ। ਸੋ ਜਦੋਂ ਕਦੇ ਵੀ ਇਕੱਲੇ ਬੁੜੇ ਦੀ ਫੈਮਿਲੀ 'ਤੇ ਭੀੜ ਪਵੇਗੀ ਮੈਨੂੰ ਯਾਦ ਕਰਿਓ, ਮੈਂ ਜ਼ਰੂਰ ਆਵਾਂਗਾ, ਜ਼ਰੂਰ ਆਵਾਂਗਾ। ਬਸ 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 ਗੁੱਪੇ, ਬਸ 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 ਜਾਣਾ ਪੈਣਾ ਬਸ। ਚਿੱਠੀ ਤਾਂ ਬਾਹਰੋਂ ਆਈ ਹੈ, ਉਹ ਦੇਖ ਲੈ ਕਿਤੇ ਵਿੱਚੋਂ ਮੇਵੇ ਨਾ ਨਿਕਲ ਆਵੇ। ਚੁੱਪ ਕਰ। ਹੈਂ, ਫਰੋਮ ਜੋਗਾ ਸਿੰਘ ਜਗਾੜੀ, ਯੂ ਐਸ ਏ। ਓਏ ਤਾਂ ਮੇਰਾ ਬਚਪਨ ਦਾ ਲੰਗੋਟੀਆ ਜਾ ਰਿਹਾ ਅਮਰੀਕਾ ਤੋਂ। ਹੈ ਓਏ, ਇਹ ਤਾਂ ਵੱਡਾ ਸਾਇੰਸਦਾਨ ਬਣ ਗਿਆ ਤੀ। ਦੇਖ ਦੇਖੀ ਪੜ ਕੀ ਲਿਖਿਆ, ਕਰੀ ਛੇਤੀ ਦਿਨੇ ਪੜ। ਉਹ ਪੜਦਾ ਪੜਦਾ ਪੜ ਪੜ। ਹੇ ਆਲ ਪਿਆਰੇ ਦੋਸਤ ਕਹਿਲੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਇਹ ਅੱਗੇ ਪੜਦਾ ਹੈ। ਅੱਗੇ ਸਮਾਚਾਰ ਇਹ ਹੈ ਕਿ ਮੈਂ ਇੰਡੀਆ ਆ ਰਿਹਾ। ਮੈਂ ਇੱਕ ਅਜਿਹੀਆਂ ਗੋਲੀਆਂ ਤਿਆਰ ਕੀਤੀਆਂ ਨੇ ਜੋ ਬੁੱਢੇ ਨੂੰ ਜਵਾਨ ਤੇ ਜਵਾਨ ਨੂੰ ਬੁੱਢਾ, ਬੰਦੇ ਨੂੰ ਜਨਾਨੀ ਤੇ ਬੰਦੇ ਦਾ ਕੁੱਤਾ ਗਧਾ ਵੀ ਬਣਾ ਦਿੰਦੀਆਂ ਨੇ। ਬੱਲੇ ਬੱਲੇ। ਸੋ ਮੈਂ ਇਹ ਐਕਸਪੈਰੀਮੈਂਟ ਕਰਨ ਆ ਰਿਹਾ ਇੰਡੀਆ। ਮੇਰਾ ਇੰਡੀਆ 'ਚ ਹੋਰ ਕੋਈ ਨਹੀਂ, ਮੈਂ ਤੇਰੇ ਘਰ ਹੀ ਰਹਾਂਗਾ। ਮੇਰੀ ਫਲੈਟ ਮੇਰੇ ਵੱਲੋਂ ਤੇਰੀ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਤੇ ਬੱਚਿਆਂ ਨੂੰ ਪਿਆਰ। ਓਏ ਮੁੰਡਿਓ, ਆ ਰਿਹਾ ਮੇਰਾ ਆੜੀ ਜੋਗਾ ਸਿੰਘ ਜਗਾੜੀ।